ਪੰਜਾਬੀ ਕੋਚਿੰਗ ਚੈਨਲ ਦੇਖ ਰਹੇ ਸਾਰੇ ਵਿਦਿਆਰਥੀਆਂ ਦਾ ਹਾਰਦਿਕ ਸਵਾਗਤ ਦੋਸਤੋ ਪਿਛਲੇ ਸਮੇਂ 'ਚ ਕੁਝ ਅਕਾਡੈਮਿਕ ਕਰਜੇਵੇਂ ਹੋਣ ਕਾਰਨ ਤੁਹਾਡੇ ਨਾਲ ਰੂਬਰੂ ਨਹੀਂ ਹੋ ਸਕੇ ਤਾਂ ਅੱਜ ਤੁਹਾਡੇ ਜਿਵੇਂ ਬਹੁਤ ਸਾਰੇ ਕਾਲ ਤੇ ਮੈਸੇजेस ਮੈਨੂੰ ਆਉਂਦੇ ਰਹਿੰਦੇ ਆ ਤੁਸੀਂ ਮੈਨੂੰ ਤੋਂ ਨੋਟਸਾਂ ਬਾਰੇ ਜਾਂ ਕਿਹੜੀਆਂ ਕਿਤਾਬਾਂ ਪੜ੍ਹੀਏ ਇਹਦੇ ਬਾਰੇ ਅਕਸਰ ਸਵਾਲ ਪੁੱਛਦੇ ਰਹਿੰਦੇ ਹੋ ਤਾਂ ਇਹਦੇ ਲਈ ਇੱਕ ਮੈਂ ਕੰਪਲੀਟ ਅੱਜ ਇੱਕ ਵੀਡੀਓ ਲੈ ਕੇ ਤੁਹਾਡੇ ਨਾਲ ਰੂਬਰੂ ਹੋਵਾਂਗੀ ਮੈਂ ਤੁਹਾਨੂੰ ਗੁਜ਼ਾਰਿਸ਼ ਕਰਦੀ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਦੇਖਿਓ ਤਾਂ ਕਿ ਜਿਹੜੇ UGC NET ਦੇ ਸਿਲੇਬਸ ਨੂੰ 10 ਭਾਗਾਂ ਦੇ ਵਿੱਚ ਵੰਡਿਆ ਗਿਆ ਤੇ ਉਹਨਾਂ 10 ਭਾਗਾਂ ਨੂੰ ਕਵਰ ਕਰਦੀਆਂ ਕਿਤਾਬਾਂ ਮੈਂ ਤੁਹਾਡੇ ਨਾਲ ਡਿਸਕਸ ਕਰਾਂਗੀ ਜਿਸ ਨੂੰ ਤੁਸੀਂ ਪੜ੍ਹ ਕੇ UGC NET ਦਾ ਪੇਪਰ ਜਿਹੜਾ ਆਸਾਨੀ ਨਾਲ ਕੱਢ ਸਕਦੇ ਹੋ UGC NET ਵੱਲੋਂ ਜਿਹੜਾ ਹੈ ਨੋਟੀਫਿਕੇਸ਼ਨ ਦੋ ਤਰ੍ਹਾਂ ਦਾ ਜਾਰੀ ਹੋਇਆ ਇੱਕ ਹੈ ਦਸੰਬਰ 2022 ਵਾਲਾ ਪੇਪਰ ਜਿਹੜਾ ਕਿ ਉਹਨਾਂ ਨੇ ਫਰਵਰੀ ਜਾਂ ਮਾਰਚ ਦੇ ਵਿੱਚ ਲੈਣਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਜੂਨ 2023 ਵਾਲਾ ਪੇਪਰ ਜੂਨ 2023 ਦੇ ਵਿੱਚ ਹੀ ਲੈ ਰਹੇ ਆ ਸੋ ਜਿਹੜੀਆਂ ਕਿਤਾਬਾਂ ਦਾ ਜ਼ਿਕਰ ਮੈਂ ਕਰਾਂਗੀ ਮੈਂ ਇਹ ਨਹੀਂ ਕਹਿ ਰਹੀ ਕਿ ਇਹ ਕਿਤਾਬਾਂ ਤੁਹਾਡੇ ਤੇ ਕੋਈ ਜਾਦੂ ਕਰ ਦੇਣਗੀਆਂ ਤੇ ਤੁਸੀਂ ਇੱਕਦਮ ਨੈਟ ਪਾਸ ਕਰ ਜਾਓਗੇ ਕਿਉਂਕਿ ਮੈਂ ਅਕਸਰ ਕਹਿੰਨੀ ਆ ਕਿ ਨੈਟ ਨੈਟ ਦੀ ਜਿਹੜਾ ਪੇਪਰ ਹੈ ਉਹ ਡਿਟੇਲ ਪੜ੍ਹਾਈ ਤੋਂ ਬਿਨਾ ਪਾਸ ਨਹੀਂ ਹੋ ਸਕਦਾ ਖਾਸ ਕਰਕੇ ਉਹਨਾਂ ਵਿਦਿਆਰਥੀਆਂ ਨੂੰ ਇਹ ਗੱਲ ਸੁਣਨੀ ਚਾਹੀਦੀ ਆ ਜਿਨ੍ਹਾਂ ਦਾ ਜਿਨ੍ਹਾਂ ਦਾ ਟਾਰਗੇਟ ਆ ਜੀਆਰਐਫ ਕਲੀਅਰ ਕਰਨਾ ਸੋ 30 ਸਾਲ ਦੀ ਉਮਰ ਤੱਕ ਤੁਸੀਂ ਜੀਆਰਐਫ ਕਲੀਅਰ ਕਰ ਸਕਦੇ ਹੋ ਵੈਲਿਡ ਮੰਨਿਆ ਜਾਊਗਾ ਕੈਟਾਗਰੀਆਂ ਲਈ 5-5 ਸਾਲ ਦੀ ਛੋਟ ਵੀ ਹੈ ਸੋ ਜਿੰਨਾ ਵਿਦਿਆਰਥੀ ਦੋਸਤਾ ਨੇ ਜੀਆਰਐਫ ਜੋਗੇ ਨੰਬਰ ਲੈਣੇ ਆ ਉਹਨਾਂ ਨੂੰ ਡਿਟੇਲ ਦੇ ਵਿੱਚ ਪੜਨਾ ਪਊਗਾ ਤੇ ਇਹ ਕਿਤਾਬਾਂ ਕੋਈ 1 ਮਹੀਨੇ ਦੇ ਵਿੱਚ ਪੂਰੀਆਂ ਹੋਣ ਵਾਲੀਆਂ ਵੀ ਨਹੀਂ ਹੈਗੀਆਂ ਪਰ ਇਹਨਾਂ ਤੋਂ ਬਿਨਾਂ ਵੀ ਨਹੀਂ ਸਰੂਗਾ ਕਿਉਂਕਿ ਤੁਸੀਂ ਜਿਵੇਂ ਪਿਛਲੇ 10 ਸਾਲਾਂ ਦੇ ਪ੍ਰਸ਼ਨ ਇਕੱਠੇ ਕਰਨ ਵਾਲੀਆਂ ਕਿਤਾਬਾਂ ਨੂੰ ਪੜਦੇ ਹੋ ਉਹ ਕਿਤਾਬਾਂ ਬਿਨਾਂ ਸ਼ੱਕ ਤੁਹਾਡੇ ਲਈ ਸਹਾਇੀ ਸਦ ਹੋ ਸਕਦੀਆਂ ਪਰ ਉਹ ਕਿਤਾਬਾਂ ਉਦੋਂ ਹੀ ਸਹਾਇੀ ਹੁੰਦੀਆਂ ਜਦੋਂ ਤੁਸੀਂ ਡਿਟੇਲਸ ਪਹਿਲਾਂ ਪੜਿਆ ਹੋਵੇ ਤੇ ਇਸ ਤੋਂ ਬਾਅਦ ਤੁਸੀਂ ਆਪਦੀ ਦੁਹਰਾਈ ਕਰਨੀ ਹੋਵੇ ਤੇ ਦੂਜੀ ਗੱਲ ਇਹ ਹੈ ਕਿ ਉਹ ਕਿਤਾਬਾਂ ਵੀ ਇਨ੍ਹਾਂ ਕਿਤਾਬਾਂ ਦੇ ਵਿੱਚੋਂ ਹੀ ਬਣਦੀਆਂ ਨੇ ਸੋ ਮੈਂ ਜਿਹੜੀਆਂ ਕਿਤਾਬਾਂ ਦਾ ਜ਼ਿਕਰ ਕਰੂੰਗੀ ਉਹ ਕਿਤਾਬਾਂ ਯੂਨੀਵਰਸਿਟੀਆਂ ਦੇ ਸਿਲੇਬਸ ਦੇ ਵਿੱਚ ਰეკਮੈਂਡਡ ਕਿਤਾਬਾਂ ਨੇ ਵਿਦਵਾਨ ਜਿਹੜੇ ਸਾਡੇ ਅਧਿਆਪਕ ਹੈ ਉਹਨਾਂ ਦੁਆਰਾ ਲਿਖੀਆਂ ਗਈਆਂ ਕਿਤਾਬਾਂ ਹੈ ਉਹਨਾਂ ਨੂੰ ਰੈਫਰੈਂਸ ਦੇ ਤੌਰ ਤੇ ਅੱਗੇ ਖੋਜ ਕਾਰਜਾਂ ਦੇ ਵਿੱਚ ਵਰਤਿਆ ਜਾ ਰਿਹਾ ਹੈ ਸੋ ਤੁਸੀਂ ਇਨ੍ਹਾਂ ਕਿਤਾਬਾਂ ਨੂੰ ਧਿਆਨ ਦੇ ਨਾਲ ਦੇਖਣਾ ਹੈ ਤਾਂ ਅਸੀਂ ਇੱਕ ਇੱਕ ਕਰਕੇ ਮੈਂ ਕਿਤਾਬ ਦੱਸਾਂਗੀ ਤੇ ਆਪ ਦਾ ਐਕਸਪੀਰੀਅੰਸ ਸਾਂਝਾ ਕਰਾਂਗੀ ਕਿ ਇਹ ਕਿਤਾਬ ਸਿਲੇਬਸ ਦੇ ਕਿਹੜੇ ਭਾਗ ਨੂੰ ਕਵਰ ਕਰਦੀ ਆ ਤਾਂ ਸਭ ਤੋਂ ਪਹਿਲਾਂ ਮੈਂ ਗੱਲ ਕਰਦੀ ਆ ਕਿ ਅਕਸਰ ਮੈਂ ਕਹਿੰਨੀ ਆ ਕਿ UGC NET ਦੇ ਸਾਰੇ ਪੇਪਰ ਦੇ ਵਿੱਚ ਸਾਹਿਤ ਦਾ ਜਿਹੜਾ ਇਤਿਹਾਸ ਆ ਉਹ ਛਾਇਆ ਰਹਿੰਦਾ ਤੁਸੀਂ ਉਹਨਾਂ ਦੇ ਪੇਪਰ ਦੇ ਡਿਜ਼ਾਈਨ ਦੇਖ ਲਓ ਕੁਐਸਚਨ ਇਸ ਤਰ੍ਹਾਂ ਡਿਜ਼ਾਈਨ ਹੋਏ ਹੁੰਦੇ ਆ ਕਿ ਤੁਸੀਂ ਸਾਹਿਤ ਦਾ ਇਤਿਹਾਸ ਤਾਂ ਲਾਜ਼ਮੀ ਪੜਿਆ ਹੋਣਾ ਚਾਹੀਦਾ ਏ ਤੁਹਾਨੂੰ ਘੱਟੋ ਘੱਟ ਜੇਕਰ ਉਹ ਕਿਸੇ ਲੇਖਕ ਬਾਰੇ ਪੁੱਛ ਰਿਹਾ ਜਾਂ ਕਿਸੇ ਰਚਨਾ ਬਾਰੇ ਪੁੱਛ ਰਿਹਾ ਰਿਹਾ ਮੰਨ ਲਓ ਉਹ ਤੁਹਾਨੂੰ ਲੂਣਾ ਦੀ ਗੱਲ ਕਰ ਰਿਹਾ ਹੈ ਤਾਂ ਮੰਨ ਲਓ ਤੁਹਾਨੂੰ ਹੀਰ ਦੀ ਗੱਲ ਕਰ ਰਹੇ ਆ ਪੇਪਰ ਦੇ ਵਿੱਚ ਤਾਂ ਤੁਹਾਨੂੰ ਤੁਹਾਡੇ ਦਿਮਾਗ 'ਚ ਸਾਇਦ ਆ ਇਤਿਹਾਸ ਵਸਿਆ ਹੋਣਾ ਚਾਹੀਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਲੂਣਾ ਜਿਹੜਾ ਇਹ ਉਹ ਆਧੁਨਿਕ ਕਾਲ ਦੀ ਰਚਨਾ ਹੈ ਇਸ ਤੋਂ ਇਲਾਵਾ ਜਿਹੜੀ ਹੀਰ ਹੈ ਉਹ ਮੱਧ ਕਾਲ ਦੀ ਰਚਨਾ ਹੈ ਜੇਕਰ ਉਹ ਬਾਣੀ ਦੀ ਗੱਲ ਕਰ ਰਿਹਾ ਤਾਂ ਉਹ ਮੱਧ ਕਾਲ ਦੀ ਰਚਨਾ ਹੈ ਜੇਕਰ ਉਹ ਲੋਕ ਸਾਹਿਤ ਦੀ ਗੱਲ ਕਰ ਰਿਹਾ ਤਾਂ ਉਹ ਆਧ ਕਾਲ ਤੋਂ ਚੱਲਿਆ ਆ ਰਿਹਾ ਹੈ ਜੇਕਰ ਨਾਥ ਜੋਗੀਆਂ ਦੀ ਗੱਲ ਕਰ ਰਿਹਾ ਤਾਂ ਉਹ ਗੁਰੂ ਨਾਨਕ ਕਾਲ ਤੋਂ ਪਹਿਲਾਂ ਦੀ ਗੱਲ ਹੈ ਸੋ ਤੁਹਾਡੇ ਜਿਹੜਾ ਮਨ ਦੇ ਵਿੱਚ ਸਮਾਸਾਰਣੀ ਬਣੀ ਹੋਣੀ ਚਾਹੀਦੀ ਹੈ ਤਾਂ ਇਹ ਸਾਰਾ ਕੋਸ਼ਿਸ਼ ਹੀ ਸਿੱਖਦੇ ਆਂ ਸਾਹਿਤ ਦੇ ਇਤਿਹਾਸਾਂ ਤੋਂ ਤਾਂ ਸਾਹਿਤ ਦੇ ਇਤਿਹਾਸ ਜਿਹੜੇ ਆ ਪੰਜਾਬੀ ਦੇ ਵਿੱਚ ਬਹੁਤ ਜ਼ਿਆਦਾ ਲਿਖੇ ਗਏ ਆ ਪਰ ਮੈਂ ਜਿਹੜੇ ਤੁਹਾਨੂੰ ਪਰਸਨਲੀ ਰეკਮੈਂਡ ਕਰਾਂਗੀ ਜਾਂ ਮੈਂ ਜਦੋਂ UGC NET ਬਾਰੇ ਪਹਿਲੀ ਵਾਰ ਸੁਣਿਆ ਸੀ ਤੇ ਪਹਿਲੀ ਵਾਰ ਮੈਂ ਜਿਹੜੀ ਪਹਿਲੀ ਕਿਤਾਬ ਚੱਕੀ ਸੀ UGC NET ਦੀ ਪੜ੍ਹਾਈ ਕਰਨ ਦੇ ਲਈ ਤਿਆਰੀ ਕਰਨ ਦੇ ਲਈ ਉਹ ਸੀਗੀ ਪੰਜਾਬੀ ਸਾਹਿਤ ਦੀ ਉਤਪਤੀ ਸਾਹਿਤ ਦੀ ਉਤਪਤੀ ਅਤੇ ਵਿਕਾਸ ਪੰਜਾਬੀ ਸਾਹਿਦਿਤ ਪੱਤੀ ਅਤੇ ਵਿਕਾਸ ਇਹ ਹੈਗੀ ਕਿਤਾਬ ਸਾਡੇ ਡਾਕਟਰ ਕਿਰਪਾਲ ਸਿੰਘ ਕਸੇਲ ਕਿਰਪਾਲ ਸਿੰਘ ਕਸੇਲ ਸਾਰੇ ਵਿਦਿਆਰਥੀ ਸਾਥੀ ਮੈਨੂੰ ਲੱਗਦਾ ਜਿਹੜੇ ਵੀ ਪੰਜਾਬੀ ਦੇ ਨਾਲ ਜੁੜੇ ਹੋਏ ਆ ਇਸ ਕਿਤਾਬ ਨੂੰ ਚੰਗੀ ਤਰ੍ਹਾਂ ਜਾਣਦੇ ਆ ਉਹ ਰੂਬਰੂ ਇਸ ਕਿਤਾਬ ਦੇ ਨਾਲ ਤੇ ਤੁਹਾਡੇ ਚੋਂ ਬਹੁਤਿਆਂ ਨੇ ਪੜ੍ਹੀ ਵੀ ਹੋਊਗੀ ਪਰ ਤੁਹਾਡੇ ਚੋਂ ਬਹੁਤੇ ਦੋਸਤ ਅਜੇ ਹੋਣਗੇ ਜਿਨ੍ਹਾਂ ਨੇ ਇਹ ਕਿਤਾਬ ਪੂਰੀ ਨਹੀਂ ਪੜ੍ਹੀ ਹੋਈ ਜਾਂ ਮੇਰੇ ਇਸ ਚੈਨਲ ਦੀ ਸਭ ਤੋਂ ਪਹਿਲੀ ਵੀਡੀਓ ਜਿਹਦੇ ਵਿੱਚ ਮੈਂ ਇਹ ਲਿਖਿਆ ਹੋਇਆ ਕਿ ਯੂਜੀਸੀ ਨੈਟ ਦੀ ਤਿਆਰੀ ਕਿਵੇਂ ਕਰੀਏ ਉਸ ਕਿਵੇਂ ਕਰੀਏ ਦੇ ਹਿਸਾਬ ਨਾਲ ਤੁਸੀਂ ਇਸ ਕਿਤਾਬ ਨੂੰ ਨਹੀਂ ਪੜਿਆ ਹੋਊਗਾ ਤਾਂ ਹੀ ਕਈ ਦੋਸਤਾਂ ਨੂੰ ਇਹ ਕਿਤਾਬ ਬੋਰਿੰਗ ਲੱਗੀ ਹੋਊਗੀ ਕਈਆਂ ਨੂੰ ਔਖੀ ਲੱਗੀ ਹੋਊਗੀ ਕਈਆਂ ਨੂੰ ਇਹ ਲੱਗਦਾ ਹੋਊਗਾ ਕਿ ਸਾਨੂੰ ਤਾਂ ਇਹਦੇ ਵਿੱਚੋਂ ਕਦੇ ਪ੍ਰਸ਼ਨ ਦਿਸਿਆ ਹੀ ਨਹੀਂ ਪਰ ਇਹ ਗੱਲ ਬਿਲਕੁਲ ਸੱਚ ਨਹੀਂ ਹੈਗੀ ਜਿਹੜੀ ਇਹ ਕਿਤਾਬ ਹੈ ਇਹ ਕਿਤਾਬ ਨੂੰ ਪਲਾ ਮਾਸਟਰ ਕੈਡਰ ਪੰਜਾਬੀ ਦਾ ਪੇਪਰ ਹੋਵੇ ਚਾਹੇ ਉਹ ਯੂਜੀਸੀ ਨੈਟ ਦਾ ਪੇਪਰ ਹੋਵੇ ਚਾਹੇ ਪ੍ਰੋਫੈਸਰ ਭਾਰਤੀ ਦਾ ਪੇਪਰ ਹੋਵੇ ਇਸ ਕਿਤਾਬ ਦੇ ਵਿੱਚੋਂ ਲਾਜ਼ਮੀ ਤੌਰ ਤੇ ਪ੍ਰਸ਼ਨ ਜਿਹੜੇ ਆ ਉਹ ਬਣਦੇ ਆ। ਕਿਰਪਾਲ ਸਿੰਘ ਕਸੇਲ ਤੇ ਡਾਕਟਰ ਪਰਮਿੰਦਰ ਸਿੰਘ ਹਰਾ ਨੇ ਇਸ ਕਿਤਾਬ ਨੂੰ ਲਿਖਿਆ ਹੋਇਆ ਏ। ਤਾਂ ਇਹ ਕਿਤਾਬ ਦੀ ਭਾਸ਼ਾ ਜਿਹੜੀ ਏ ਥੋੜੀ ਗੰਭੀਰ ਭਾਸ਼ਾ ਦੇ ਵਿੱਚ ਲਿਖੀ ਗਈ ਆ ਇਹ ਨਹੀਂ ਕਿ ਤੁਹਾਨੂੰ ਇਹ ਬਹੁਤ ਹੀ ਸੌਖਾ ਕਰ ਦੂਗੀ। ਤੁਸੀਂ ਇਸ ਨੂੰ ਚੰਗੀ ਤਰ੍ਹਾਂ ਪੜੋਗੇ ਤਾਂ ਇਹ ਇੱਕ ਪੰਜਾਬੀ ਦਾ ਪਹਿਲਾ ਅਜਿਹਾ ਇਤਿਹਾਸ ਹੈ ਜਿਸ ਨੇ ਬਹੁਤ ਚੰਗੀ ਤਰ੍ਹਾਂ ਵੰਡ ਕਰਕੇ ਪੰਜਾਬ ਪੰਜਾਬੀ ਦੇ ਸਾਰੇ ਇਤਿਹਾਸ ਦੀ ਉਸ ਦੀ ਪ੍ਰਵਿਰਤੀ ਅਨੁਸਾਰ ਵੰਡ ਕੀਤੀ ਹੈ ਉਸ ਦੀ ਕਾਲ ਅਨੁਸਾਰ ਵੰਡ ਕੀਤੀ ਹੈ ਬਹੁਤ ਸੋਹਣਾ ਡਿਜ਼ਾਈਨ ਕੀਤਾ ਗਿਆ ਹੈ ਤੇ ਇਸ ਤੋਂ ਹੀ ਅਗਲੀਆਂ ਕਿਤਾਬਾਂ ਕੁਝ ਜਿਹੜੀ ਮੈਂ ਗੱਲ ਕਰਾਂਗੇ ਅੱਗੇ ਕਿਤਾਬ ਰਜਿੰਦਰ ਸਿੰਘ ਸਿੱਖ ਹੋਰਾਂ ਦੀ ਉਹ ਖੁਦ ਵਾਰ-ਵਾਰ ਇਸ ਕਿਤਾਬ ਦਾ ਜ਼ਿਕਰ ਕਰਦੇ ਆਪਦੀ ਦੂਜੀ ਕਿਤਾਬ ਦੇ ਵਿੱਚ ਤਾਂ ਇਹ ਕਿਤਾਬ ਜਿਹੜੀ ਹੈ ਉਹ ਤੁਹਾਡੀ ਮਦਦ ਕਰੂਗੀ ਤੁਹਾਡੇ ਮਨ ਦੇ ਵਿੱਚ ਇੱਕ ਪੂਰਾ ਨਕਸ਼ਾ ਬਣਾਉਣ ਦੇ ਲਈ ਜੋ ਤੁਸੀਂ ਪੰਜਾਬੀ ਸਾਇਦਾ ਨਕਸ਼ਾ ਤੁਹਾਡੇ ਮਨ 'ਚ ਵੱਸ ਜਾਊਗਾ ਤੁਹਾਨੂੰ ਪਤਾ ਲੱਗੂਗਾ ਕਿ ਆਧੁਨਿਕ ਸਾਹਿਤ ਕਿਉਂ ਉਤਪੰਨ ਹੋਇਆ ਸੀ ਆਧੁਨਿਕ ਸਾਹਿਤ ਮੱਧਕਾਲ ਨਾਲੋਂ ਕਿਉਂ ਵੱਖਰਾ ਏ ਜਾਂ ਮੱਧਕਾਲ ਦੇ ਵਿੱਚ ਕਿਹੜੇ-ਕਿਹੜੇ ਕਵੀ ਹੋਏ ਆ ਲੇਖਕ ਹੋਏ ਆ ਜਾਂ ਵਰਤਕ ਕਦੋਂ ਸ਼ੁਰੂ ਹੋਈ ਇਹ ਸਾਰੀਆਂ ਗੱਲਾਂ ਇਸ ਕਿਤਾਬ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਦੂਜੀ ਕਿਤਾਬ ਜਿਹੜੀ ਹੈ ਸਾਡੀ ਉਹ ਹੈ ਡਾਕਟਰ ਰਜਿੰਦਰ ਸਿੰਘ ਸੇਖੋਹਰਾਂ ਦੀ ਕਿਤਾਬ ਹੈ ਜਿਹੜੀ ਕਿ ਉਹਨਾਂ ਨੇ ਆਪਦੇ ਪਹਿਲੇ ਪੰਨੇ ਤੇ ਹੀ ਇਹ ਲਿਖਿਆ ਹੋਇਆ ਕਿ ਇਹ ਕਿਤਾਬ ਮੈਂ ਪੰਜਾਬੀ ਦੇ ਸੌਕ ਪਸੰਦ ਵਿਦਿਆਰਥੀਆਂ ਲਈ ਬਣਾਈ ਹੈ ਸੋ ਇਸ ਕਿਤਾਬ ਇਸ ਗੱਲ ਤੇ ਉਹ ਬਿਲਕੁਲ खरे ਉਤਰਦੇ ਆ ਕਿਉਂਕਿ ਉਹਨਾਂ ਦੀ ਭਾਸ਼ਾ ਇੰਨੀ ਜ਼ਿਆਦਾ ਸਰਲ ਹੈ ਉਹਨਾਂ ਦੀ ਕਿਤਾਬ ਦੇ ਵਿੱਚ ਕੰਟੈਂਟ ਨੂੰ ਪ੍ਰੈਜੈਂਟ ਕਰਨ ਦਾ ਤਰੀਕਾ ਇੰਨਾ ਜ਼ਿਆਦਾ ਵਧੀਆ ਹੈ ਕਿ ਤੁਹਾਡੇ ਮਨ ਦੇ ਵਿੱਚ ਪੂਰਾ ਰਚ ਜਾਂਦਾ ਹੈ ਇਸ ਕਿਤਾਬ ਦਾ ਨਾਮ ਹੈਗਾ ਇਹ ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ ਬਹੁਤ ਸਾਰੇ ਦੋਸਤਾਂ ਨੇ ਇਸ ਕਿਤਾਬ ਨੂੰ ਵੀ ਪੜਿਆ ਜਾਂ ਸੁਣਿਆ ਹੋਊਗਾ ਸੋ ਰਜਿੰਦਰ ਸਿੰਘ ਸੇਖੋਂ ਤੁਸੀਂ ਜਦੋਂ ਸਾਰੀ ਆਦੀ ਤਿਆਰੀ ਕਰ ਲੈਨੇ ਹੋ ਤੁਹਾਨੂੰ ਲੱਗਦਾ ਕਿ ਮੈਂ ਕਾਫੀ ਕੁਝ ਪੜ੍ਹ ਲੈ ਆਏ ਕੰਟੈਂਟ ਜਿਹੜਾ ਵੀ ਮੈਨੂੰ ਪੜ੍ਹਨਾ ਚਾਹੀਦਾ ਸੀ ਤਾਂ ਉਸ ਤੋਂ ਬਾਅਦ ਵਿੱਚ ਦੁਹਰਾਈ ਲਈ ਤੁਸੀਂ ਇਸ ਕਿਤਾਬ ਨੂੰ ਵਰਤ ਸਕਦੇ ਹੋ ਕਿਉਂਕਿ ਇਹ ਕਿਤਾਬ ਤੁਹਾਡੇ ਮਨ ਦੇ ਵਿੱਚ ਇੱਕੋ ਦਮ ਸਾਰਾ ਚੱਕਰ ਜਿਹੜਾ ਰਿਫਰੈਸ਼ ਕਰ ਦਿੰਦੀ ਆ ਇਹਨਾਂ ਨੇ ਹਰੇਕ ਕਵੀ ਬਾਰੇ ਲੇਖਕ ਬਾਰੇ ਹਰੇਕ ਰਚਨਾ ਬਾਰੇ ਬਹੁਤ ਸਪਸ਼ਟ ਤੇ ਸਰਲ ਸ਼ਬਦਾਂ ਦੇ ਵਿੱਚ ਬਹੁਤ ਸੰਤੁਸ਼ਟੀਜਨਕ ਮੈਟਰ ਜਿਹੜਾ ਪੇਸ਼ ਕੀਤਾ ਹੈ ਤਾਂ ਤੀਜੀ ਕਿਤਾਬ ਦੀ ਮੈਂ ਗੱਲ ਕਰਾਂਗੀ ਉਹ ਡਾਕਟਰ ਬ੍ਰਹਮ ਜਗਦੀਸ਼ ਹੋਰਾਂ ਦੁਆਰਾ ਲਿਖੀ ਗਈ ਕਿਤਾਬ ਹੈ ਉਸ ਦਾ ਨਾਮ ਵੀ ਪੰਜਾਬੀ ਸਾਹਿਤ ਦਾ ਇਤਿਹਾਸ ਹੀ ਹੈ ਪੰਜਾਬੀ ਸਾਹਿਤ ਦਾ ਇਤਿਹਾਸ ਠੀਕ ਹੈ ਇਹ ਲਿਖੀ ਹੋਈ ਹੈ ਪ੍ਰੋਫੈਸਰ ਬ੍ਰਹਮ ਜਗਦੀਸ਼ ਹੋਰਾਂ ਦੁਆਰਾ ਬ੍ਰਹਮ ਜਗਦੀਸ਼ ਸਿੰਘ ਇਹ ਸਾਡੇ ਸਤਿਕਾਰਯੋਗ ਪ੍ਰੋਫੈਸਰ ਨੇ ਫਰੀਦਕੋਟ ਦੇ ਵਿੱਚ ਅਜੇਕਰ ਰਹਿ ਰਹੇ ਹੈ ਤੇ ਇਹਨਾਂ ਨੇ ਪਹਿਲਾਂ ਸਰਕਾਰੀ ਬਜਿੰਦਰਾ ਕਾਲਜ ਫਰੀਦਕੋਟ ਦੇ ਵਿੱਚ ਲੰਮਾ ਸਮਾਂ ਅਧਿਆਪਨ ਦਾ ਕਾਰਜ ਕੀਤਾ ਹੈ ਤੇ ਲਗਾਤਾਰ ਇੱਕ ਅਧਿਆਪਨ ਕਾਰਜ ਨਾਲ ਜੁੜੇ ਹੋਏ ਆ ਇਹਨਾਂ ਦੀ ਇਸ ਕਿਤਾਬ ਤੋਂ ਬਿਨਾ ਪੰਜਾਬੀ ਸਾਹਿਤ ਦੇ ਸਾਰੇ ਪੇਪਰਾਂ ਬਾਰੇ ਜਾਂ ਪੰਜਾਬੀ ਭਾਸ਼ਾ ਦੇ ਜਿੰਨੇ ਵੀ ਪੇਪਰ ਹੁੰਦੇ ਆ ਉਹਨਾਂ ਦੇ ਹਰੇਕ ਅੰਗ ਬਾਰੇ ਇਹਨਾਂ ਨੇ ਕੁਝ ਨਾ ਕੁਝ ਲਿਖਿਆ ਹੋਇਆ ਹੈ ਇਹਨਾਂ ਦੀ ਕਿਤਾਬ ਸਮਾલોਚਨਾ ਸ਼ਾਸਤਰ ਇਸ ਤੋਂ ਇਲਾਵਾ ਇਹਨਾਂ ਦੀਆਂ ਕਾਫੀ ਸਾਰੀਆਂ ਕਿਤਾਬਾਂ ਪੰਜਾਬੀ ਅਧਿਆਪਨ ਦੇ ਨਾਲ ਰਿਲੇਟਡ ਆ ਚੁੱਕੀਆਂ ਨੇ ਵਾਰਸ਼ਾ ਫਾਊਂਡੇਸ਼ਨ ਪਬਲਿਕੇਸ਼ਨ ਵੱਲੋਂ ਇਹਨਾਂ ਦੀਆਂ ਕਿਤਾਬਾਂ ਛਾਪੀਆਂ ਗਈਆਂ ਨੇ ਅਸੀਂ ਇਸ ਕਿਤਾਬ ਦੀ ਗੱਲ ਕਰਾਂਗੇ ਤਾਂ ਉਹ ਉਹਦੀ ਖਾਸੀਅਤ ਇਹ ਹੈ ਕਿ ਦੇ ਵਿੱਚ ਡਾਟਾ ਤੁਹਾਨੂੰ ਬਹੁਤ ਜ਼ਿਆਦਾ ਮਿਲ ਜਾਂਦਾ ਹੈ ਇਹ ਕਿਤਾਬ ਹੈਵੀ ਕਾਫੀ ਮੋਟੀ ਹੈ ਤਾਂ ਡਾਟਾ ਦਾ ਜਿਹੜਾ ਰੋਲ ਹੈ ਉਹ ਯੂਜੀਸੀ ਨੈਟ ਦੇ ਵਿੱਚ ਨਕਾਰਿਆ ਨਹੀਂ ਜਾ ਸਕਦਾ ਕਿਉਂਕਿ ਬਹੁਤ ਸਾਰੇ ਪੇਪਰ ਤੁਹਾਨੂੰ ਟੂ ਦਾ ਪੁਆਇੰਟ ਪੁੱਛ ਲਏ ਜਾਂਦੇ ਆ ਕਿ ਇਸ ਦੀ ਇਸ ਦਾ ਪ੍ਰਕਾਸ਼ਨ ਸਾਲ ਦੱਸੋ ਜਾਂ ਇਸ ਨੂੰ ਕਰਮਵਾਰ ਲਾਓ ਜਾਂ ਇਸ ਨੂੰ ਕਿਸ ਨੇ ਲਿਖਿਆ ਹੈ ਜਾਂ ਇਸ ਨੂੰ ਜਾਂ ਫਿਰ ਫਲਾਣੇ ਲੇਖਕ ਦੀ ਕਿਹੜੀ ਕਿਤਾਬ ਹੈ ਇਸ ਤਰ੍ਹਾਂ ਕਰਕੇ ਇਸ ਨੂੰ ਅਸੀਂ ਡਾਟਾ ਦਾ ਨਾਮ ਦਿੰਨੇ ਆ ਜਾਣਕਾਰੀ ਦਾ ਨਾਮ ਦਿੰਨੇ ਆ ਜਿਹੜੀ ਕਿ ਟੂ ਦਾ ਪੁਆਇੰਟ ਤੁਹਾਡੇ ਦਿਮਾਗ ਦੇ ਵਿੱਚ ਪੰਜਾਬੀ ਸੱਦ ਦਾ ਵਿਦਿਆਰਥੀ ਹੋਣ ਦੇ ਨਾਤੇ ਹੋਣੀ ਚਾਹੀਦੀ ਹੈ ਤਾਂ ਉਹ ਪੰਜਾਬੀ ਸੱਦ ਦਾ ਇਤਿਹਾਸ ਪ੍ਰੋਫੈਸਰ ਬ੍ਰਹਮਜਗਦੀਸ਼ ਸਿੰਘ ਹੋਰਾਂ ਦੀ ਕਿਤਾਬ ਇਸ ਗੱਲ ਲਈ ਤੁਹਾਡੀ ਹੈਲਪ ਕਰੂਗੀ ਤੁਹਾਡਾ ਤੁਹਾਡੀ ਮਦਦ ਕਰੂਗੀ ਤਾਂ ਇਸ ਤੋਂ ਇਲਾਵਾ ਦਿੱਲੀ ਸਾਹਿਤ ਅਕਾਦਮੀ ਜਿਹੜੀ ਹੈਗੀ ਆ ਉਹਨਾਂ ਨੇ ਛਾਪੇ ਹੋਏ ਆ ਸਾਹਿਦ ਦੇ ਇਤਿਹਾਸ ਪੰਜਾਬੀ ਦੇ ਉਹ 1 ਤੋਂ ਲੈ ਕੇ 14 ਭਾਗਾਂ ਦੇ ਵਿੱਚ ਆ ਪਰ ਉਹਦੇ ਵਿੱਚ ਇਹ ਹੈ ਕਿ ਉਹਦਾ ਪਹਿਲਾ ਭਾਗ ਜਿਹੜਾ ਨਹੀਂ ਮਿਲਦਾ ਸਾਡੇ ਕੋਲੇ 13 ਭਾਗ ਉਹਦੇ ਮਿਲਦੇ ਆ ਉਹ ਅਲੱਗ-ਅਲੱਗ ਵਿਧਾਵਾਂ ਨਾਲ ਸੰਬੰਧਿਤ ਸਾਹਿਦ ਦਾ ਇਤਿਹਾਸ ਉਹਦੇ ਵਿੱਚ ਦਿੱਤਾ ਗਿਆ ਇੱਕ ਕਿਤਾਬ ਇੱਕ ਵਿਧਾ ਲਈ ਆ ਜਿਵੇਂ ਕਿ ਇੱਕ ਦੇ ਵਿੱਚ ਨਾਵਲ ਦਾ ਪੂਰਾ ਇਤਿਹਾਸ ਲਿਖਿਆ ਹੋਊਗਾ ਕਿਤਾਬ ਚ ਦੂਸਰੀ ਕਿਤਾਬ ਚ ਲਿਖਿਆ ਹੋਊਗਾ ਸੱਭਿਆਚਾਰ ਨਾਲ ਸੰਬੰਧਿਤ ਤੀਸਰੀ ਕਿਤਾਬ ਦੇ ਵਿੱਚ ਕਹਾਣੀ ਨਾਲ ਸੰਬੰਧਿਤ ਇਸ ਤਰ੍ਹਾਂ ਅਲੱਗ-ਅਲੱਗ ਵਿਧਾਵਾਂ ਬਾਰੇ ਉਹਨਾਂ ਨੇ ਸਾਹਿਦ ਇਤਿਹਾਸ ਲਿਖਿਆ ਹੈ ਬినాਸ਼ਕੋ ਬਹੁਤ ਵਧੀਆ ਕੰਮ ਹੋਇਆ ਹੋਇਆ ਹੈ ਪੰਜਾਬੀ ਦੇ ਵਿੱਚ ਤੇ ਬਹੁਤ ਡਿਟੇਲਡ ਕੰਮ ਹੈ ਤੇ ਉਹਦੇ ਲਈ ਦੋ رائے ਆ ਮੇਰੇ ਕੋਲੇ ਜੇ ਤੁਸੀਂ ਕੋਈ ਮਰਜ਼ੀ ਅਪਣਾ ਸਕਦੇ ਹੋ ਕਿ ਜੇਕਰ ਤੁਹਾਡੇ ਕੋਲੇ ਬਹੁਤ ਖੁੱਲਾ ਸਮਾਂ ਹੈਗਾ ਤਾਂ ਤੁਸੀਂ ਉਸ ਨੂੰ ਪੜ੍ਹ ਸਕਦੇ ਹੋ ਨਹੀਂ ਤਾਂ ਉਸ ਨੂੰ ਤੁਸੀਂ ਆਪਣੇ ਕੋਲ ਰੱਖੋ ਤੇ ਉਹਦੇ ਵਿੱਚੋਂ-ਵਿੱਚੋਂ ਤੁਸੀਂ ਆਪਣੇ ਕੰਮ ਦਾ ਮਟੀਰੀਅਲ ਚੁਣਦੇ ਰਹੋ ਕਦੇ-ਕਦੇ ਤੁਹਾਨੂੰ ਕਿਸੇ ਕਿਤਾਬ ਬਾਰੇ ਜਾਣਕਾਰੀ ਲੈਣੀ ਹੈ ਕਿ ਇਹ ਕਿਸ ਨੇ ਲਿਖੀ ਹੈ ਜਾਂ ਕਦੋਂ ਲਿਖੀ ਗਈ ਹੈ ਇਸ ਤਰ੍ਹਾਂ ਦੇ ਕੰਮ ਤੁਹਾਡੇ ਉਹ ਆ ਸਕਦੀ ਹੈ ਇਸ ਤੋਂ ਇਲਾਵਾ ਖੋਜ ਕਰਜਾਂ ਦੇ ਵਿੱਚ ਉਸ ਉਹਨਾਂ ਕਿਤਾਬਾਂ ਨੂੰ ਅਕਸਰ ਹੀ ਵਰਤਿਆ ਜਾਂਦਾ ਹੈ ਉਹ ਕਿਤਾਬਾਂ ਬਹੁਤ ਮਾਇਨੇ ਰੱਖਦੀਆਂ ਤੁਹਾਡੇ ਕੋਲ ਉਹ ਸੈਟ ਵੀ ਹੋਣਾ ਚਾਹੀਦਾ ਤੇ ਬਹੁਤ ਸਾਰੇ ਦੋਸਤਾਂ ਦਾ ਸਵਾਲ ਹੁੰਦਾ ਕਿ ਇਹ ਕਿਤਾਬਾਂ ਉਹਨਾਂ ਹਰੇਕ ਜ਼ਿਲ੍ਹੇ ਦੇ ਵਿੱਚ ਨਹੀਂ ਮਿਲਦੀਆਂ ਤਾਂ ਉਹ ਅਸੀਂ ਤੁਹਾਨੂੰ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਪਹੁੰਚਾਉਣ ਦੀ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਨੰਬਰ ਲਿਖ ਦਵਾਂਗੀ ਤਾਂ ਇਸ ਦੇ ਇਲਾਵਾ ਇੱਥੇ ਵੀ ਨੰਬਰ ਲਿਖ ਰਹੀ ਹਾਂ 88726 31504 ਤੁਸੀਂ ਇਸ ਨੰਬਰ ਤੇ WhatsApp ਤੇ ਮੈਸੇਜ ਕਰਕੇ ਕਿਤਾਬ ਦਾ ਨਾਮ ਲਿਖ ਕੇ ਉਹਦੇ ਰਾਈਟਰ ਦਾ ਨਾਮ ਲਿਖ ਕੇ ਸਾਨੂੰ ਭੇਜ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਜਲਦ ਤੋਂ ਜਲ ਤੁਹਾਨੂੰ ਪਹੁੰਚਾਉਣ ਦੀ ਤੇ ਇਸ ਦੇ ਇਲਾਵਾ ਪੰਜਾਬੀ ਸਾਹਿਤ ਨਾਲ ਜਾਂ ਪੰਜਾਬੀ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਿਤਾਬ ਵੀ ਤੁਸੀਂ ਸਾਡੇ ਤੋਂ ਇਸ ਨੰਬਰ ਰਾਹੀਂ ਪ੍ਰਾਪਤ ਕਰ ਸਕਦੇ ਹੋ ਅਸੀਂ ਡਾਕ ਰਾਹੀਂ ਤੁਹਾਨੂੰ ਘਰੇ ਭੇਜ ਦਵਾਂਗੇ ਤਾਂ ਅੱਗੇ ਅਸੀਂ ਗੱਲ ਕਰਾਂਗੇ ਭਾਰਤੀ ਕਾਵ ਸ਼ਾਸਤਰ ਦੀ ਜਿਹਦੇ ਬਾਰੇ ਬਹੁਤ ਸਾਰੇ ਪ੍ਰਸ਼ਨ ਆਉਂਦੇ ਨੇ ਤਾਂ ਉਹਦੇ ਲਈ ਸਾਡੇ ਕੋਲ ਦੋ ਕਿਤਾਬਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਭਾਰਤੀ ਕਾਵ ਸ਼ਾਸਤਰ ਭਾਰਤੀ ਕਾਵ ਸ਼ਾਸਤਰ ਸ਼ੁਕਦੇਵ ਸ਼ਰਮਾ ਸ਼ੁਕਦੇਵ ਸ਼ਰਮਾ ਇਹਨਾਂ ਦੀ ਕਿਤਾਬ ਜਿਹੜੀ ਹੈ ਉਹ ਲਗਾਈ ਗਈ ਹੈ ਤੇ ਤੁਸੀਂ ਇਸ ਕਿਤਾਬ ਨੂੰ ਪੜ ਸਕਦੇ ਹੋ ਇਸ ਦੇ ਇਲਾਵਾ ਪਰਸਨਲੀ ਜੇਕਰ ਮੈਂ ਜਿਹੜੀ ਕਿਤਾਬ ਪੜੀ ਸੋ ਰਿਕਮੈਂਡ ਕਰਾਂ ਤਾਂ ਉਸੇ ਨਾਮ ਹੇਠ ਭਾਰਤੀ ਕਾਵਿ ਸ਼ਾਸਤਰ ਨਾਮ ਹੇਠ ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਹੋਰਾਂ ਦੀ ਕਿਤਾਬ ਹੈ ਜਿਨ੍ਹਾਂ ਨੇ ਬਹੁਤ ਡਿਟੇਲ ਦੇ ਵਿੱਚ ਭਾਰਤੀ ਕਾਵਿ ਸ਼ਾਸਤਰ ਬਾਰੇ ਦੱਸਿਆ ਹੈ ਅਲੱਗ-ਅਲੱਗ ਵਿਧਾਵਾਂ ਬਾਰੇ ਉਹਨਾਂ ਦੀਆਂ ਬਾਰੇ ਦੱਸਿਆ ਗਿਆ ਚਾਹੇ ਉਹ ਨਾਟ ਸ਼ਾਸਤਰ ਹੋਵੇ ਅਲੰਕਾਰ ਸ਼ਾਸਤਰ ਹੋਵੇ ਰੀਤੀ ਸ਼ਾਸਤਰ ਹੋਵੇ ਜਾਂ ਵਕ੍ਰੋਕਤੀ ਬਾਰੇ ਹੋਵੇ ਤਾਂ ਤੁਸੀਂ ਬਹੁਤ ਸਰਲ ਸ਼ਬਦਾਂ ਦੇ ਵਿੱਚ ਪੜ ਸਕਦੇ ਹੋ ਇਹਨਾਂ ਦੋਨਾਂ ਕਿਤਾਬਾਂ ਤੋਂ ਨਾਮ ਦੋਨਾਂ ਦੇ ਸੇਮ ਨੇ ਭਾਰਤੀ ਕਾਵਿ ਸ਼ਾਸਤਰ ਸ਼ੁਕਦੇਵ ਸ਼ਰਮਾ ਦੀ ਹੈ ਤੇ ਦੂਸਰੀ ਹੈਗੀ ਡਾਕਟਰ ਪ੍ਰੇਮ ਪ੍ਰਕਾਸ਼ ਹੋਰਾਂ ਦੀ ਡਾਕਟਰ ਪ੍ਰੇਮ ਪ੍ਰਕਾਸ਼ ਇਸ ਤੋਂ ਇਲਾਵਾ ਤੀਜੀ ਕਿਤਾਬ ਜਿਹੜੀ ਹੈ ਗੁਰਚਰਨਕੌਰ ਜੱਗੀ ਹੋਰਾਂ ਨੇ ਵੀ ਲਿਖੀ ਹੋਈ ਹੈ ਪਰਸਨਲੀ ਮੈਨੂੰ ਉਹਦੀ ਭਾਸ਼ਾ ਜਿਹੜੀ ਥੋੜੀ ਔਖੀ ਲੱਗੀ ਹੈ ਜੇਕਰ ਤੁਹਾਡੇ ਚ ਕੋਈ ਉਸ ਕਿਤਾਬ ਨੂੰ ਵੀ ਪੜ ਸਕਦਾ ਤਾਂ ਉਹ ਜ਼ਰੂਰ ਪੜੇ ਤਾਂ ਇਹ ਤਾਂ ਹੋ ਗਿਆ ਭਾਰਤੀ ਕਾਵਿ ਸ਼ਾਸਤਰ ਪਰ ਸਾਨੂੰ ਪਤਾ ਹੈ ਕਿ ਸਾਡੇ ਸਿਲੇਬਸ ਦੇ ਵਿੱਚ ਪੱਛਮੀ ਕਾਵਿ ਸ਼ਾਸਤਰ ਬਾਰੇ ਵੀ ਜਿਹੜੇ ਸਵਾਲ ਆਉਣਗੇ ਜਿਦੇ ਵਿੱਚ ਅਸੀਂ ਅਰਿਸਟੋ ਪਲੇਟੋ ਹੋਰਾਂ ਬਰੇਜਾ ਲੋਜਾਈਨਸ ਹੋਰਾਂ ਬਾਰੇ ਕੁਝ ਸਵਾਲਾਂ ਦੇ ਜਵਾਬ ਦੇਣੇ ਹੋਣਗੇ ਇਸ ਤੋਂ ਇਲਾਵਾ ਜਿਹੜੇ ਨਵੇਂ ਬਾਦ ਚੱਲੇ ਹੋਏ ਨੇ ਜਿਵੇਂ ਕਿ ਫੈਮਿਨਿਜ਼ਮ ਹੈ ਜਾਂ ਫਿਰ ਅਸੱਤਵਾਦ ਹੈ ਇਹਨਾਂ ਸਾਰੇ ਨਵੇਂ ਤੇ ਪੁਰਾਣੇ ਬਾਦਾਂ ਬਾਰੇ ਜਿਹੜੀ ਕਿਤਾਬ ਹੈ ਉਹ ਪੱਛਮੀ ਕਾਵ ਸ਼ਾਸਤਰ ਪੱਛਮੀ ਕਾਵ ਸ਼ਾਸਤਰ ਡਾਕਟਰ ਗੁਰਚਰਨ ਸਿੰਘ ਅਰਸ਼ੀ ਡਾਕਟਰ ਗੁਰਚਰਨ ਸਿੰਘ ਅਰਸ਼ੀ ਇਨਾਂ ਦੀ ਇੱਕ ਕਿਤਾਬ ਹੈ ਤੁਹਾਨੂੰ ਨਾਲ ਦੀ ਨਾਲ ਫੋਟੋ ਵੀ ਮੈਂ ਦਿਖਾ ਰਹੀ ਹਾਂ ਕਿਤਾਬ ਦੀ ਤਾਂ ਤੁਸੀਂ ਇਸ ਕਿਤਾਬ ਨੂੰ ਪੜ੍ਹ ਸਕਦੇ ਹੋ ਇਹਦੇ ਵਿੱਚ ਉਹਨਾਂ ਨੇ ਅਲੱਗ-ਅਲੱਗ ਜਿਹੜੇ ਸਾਡੇ ਚਿੰਤਕ ਹੈ ਪੱਛਮੀ ਚਿੰਤਕ ਖਾਸ ਕਰਕੇ ਹੋਏ ਆ ਉਹਨਾਂ ਨੂੰ ਲੜੀਵਾਰ ਕਰਕੇ ਉਹਨਾਂ ਦੇ ਜਿਹੜਾ ਵੀ ਉਹਨਾਂ ਨੇ ਜਿਸਵਾਦ ਤੇ ਜਾਂ ਮਾਰਕਸਵਾਦ ਹੈ ਚਾਹੇ ਉਹ ਨਾਰੀਵਾਦ ਹੈ ਕਿ ਜਿਹੜੇ ਵੀ ਬਾਦ ਤੇ ਉਹਨਾਂ ਨੇ ਕੰਮ ਕੀਤਾ ਹੈ ਤਾਂ ਉਸ ਨੂੰ ਉਹਨਾਂ ਦੀ ਜੀਵਨੀ ਦੇ ਨਾਲ ਰਿਲੇਟ ਕਰਕੇ ਕਿਸ ਤਰ੍ਹਾਂ ਉਸ ਵਾਰ ਬਾਰੇ ਸੋਚਦੇ ਆ ਜਾਂ ਕੀ ਉਹਨਾਂ ਨੇ ਉਸ ਬਾਰੇ ਕਿਤਾਬਾਂ ਲਿਖੀਆਂ ਇਹ ਪੂਰੇ ਡਿਟੇਲ ਦੇ ਵਿੱਚ ਪੱਛਮੀ ਕਾਰਸ਼ਾਸਤਰ ਨਾਮ ਦੀ ਕਿਤਾਬ ਜਿਹੜੀ ਗੁਰਚਰਨ ਸਿੰਘ ਅਰਸ਼ੀ ਹੋਰਾਂ ਦੀ ਮਿਲਦੀ ਹੈ ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਮਏ ਦੇ ਸਿਲੇਬਸ ਦੇ ਵਿੱਚ ਕਿਤਾਬ ਲੱਗੀ ਹੋਈ ਹੈ ਪੱਛਮੀ ਚਿੰਤਕਾਂ ਬਾਰੇ ਜਾਂ ਪੱਛਮੀ ਚਿੰਤਨ ਬਾਰੇ ਉਦਾ ਨਾਮ ਹੈ ਪਛਮੀ ਕਲ ਸਿਧਾਂਤ ਜਿਸ ਨੂੰ ਕਿ ਦੋ ਸੰਪਾਦਕਾਂ ਨੇ ਸੰਪਾਦਿਤ ਕੀਤਾ ਹੈ ਤੇ ਅਲੱਗ-ਅਲੱਗ ਲੇਖਕਾਂ ਦੇ ਲੇਖ ਜਿਹੜੇ ਸ਼ਾਮਲ ਕੀਤੇ ਗਏ ਆ ਪਛਮੀ ਅਲੱਗ-ਅਲੱਗ ਵਾਦਾਂ ਬਾਰੇ ਤਾਂ ਤੁਸੀਂ ਇਸ ਕਿਤਾਬ ਨੂੰ ਵੀ ਪੜ ਸਕਦੇ ਹੋ ਇਸ ਤੋਂ ਇਲਾਵਾ ਪੰਜਾਬੀ ਸਾਹਿਤ ਦਾ ਇਤਿਹਾਸ ਪੜਦੇ ਸਮੇਂ ਜਾਂ UGC NET ਦਾ ਪੇਪਰ ਦਿੰਦੇ ਸਮੇਂ ਅਸੀਂ ਅਲੱਗ-ਅਲੱਗ ਕਾਵ ਵਿਧਾਵਾਂ ਦੀ ਜਾਂ ਸਾਹਿਤ ਦੀਆਂ ਵਿਧਾਵਾਂ ਦੀ ਗੱਲ ਕਰਦੇ ਆ ਜਿਦੇ ਵਿੱਚ ਨਾਵਲ ਨਿੱਕੀ ਕਹਾਣੀ ਗੀਤ ਕਵਤਾ ਗਜ਼ਲ ਆਦ ਬਾਰੇ ਅਸੀਂ ਗੱਲ ਕਰਦੇ ਆ ਤਾ ਇਹ ਅਸਲ ਵਿੱਚ ਕੀ ਹੁੰਦੇ ਆ ਜੇ ਤੁਹਾਨੂੰ ਕੋਈ ਪੁੱਛੇ ਨਾਵਲ ਕੀ ਹੁੰਦਾ ਹੈ ਕਹਾਣੀ ਕੀ ਹੁੰਦੀ ਹੈ ਤੁਸੀਂ ਪੰਜਾਬੀ ਸਾਹਿਤ ਦੇ ਵਿਦਿਆਰਥੀ ਹੋਣ ਦੇ ਨਾਤੇ ਇਸ ਦਾ ਜਵਾਬ ਤੁਹਾਨੂੰ ਦੇਣਾ ਪੈਂਦਾ ਪ੍ਰਸ਼ਨਾਂ ਦੇ ਰੂਪ ਦੇ ਵਿੱਚ ਵੀ ਜਾਂ ਆਮ ਜ਼ਿੰਦਗੀ ਦੇ ਵਿੱਚ ਵੀ ਜੇ ਤੁਹਾਡੇ ਵਿਦਿਆਰਥੀ ਵੀ ਪੁੱਛ ਸਕਦੇ ਆ ਤਾਂ ਇਹ ਸਾਰੇ ਸਵਾਲਾਂ ਦੇ ਜਵਾਬ ਲੈਣ ਲਈ ਤੁਹਾਨੂੰ ਇੱਕ ਬਹੁਤ ਵਧੀਆ ਕਿਤਾਬ ਮੈਂ ਰეკਮੈਂਡ ਕਰਾਂਗੀ ਸਾਹਿਤ ਦੇ ਰੂਪ ਸਾਹਿਤ ਦੇ ਰੂਪ ਜਿਹੜੀ ਕਿ ਰਤਨ ਸਿੰਘ ਜੱਗੀ ਹੋਰਾਂ ਦੁਆਰਾ ਲਿਖੀ ਗਈ ਹੈ ਇਹ ਕਿਤਾਬ ਹੈ ਬਿਲਕੁਲ ਛੋਟੀ ਜਿਹੀ ਕਿਤਾਬ ਹੈ ਸਾਹਿਤ ਦੇ ਰੂਪ ਰਤਨ ਸਿੰਘ ਜੱਗੀ ਹੋਰਾਂ ਨੇ ਇਹ ਤੇ ਬਹੁਤ ਸੋਹਣਾ ਕੰਮ ਕੀਤਾ ਹੈ ਅ ਅਲੱਗ-ਅਲੱਗ ਵਿਧਾਵਾਵਾਂ ਬਾਰੇ ਤੁਹਾਨੂੰ ਬਹੁਤ ਡਿਟੇਲ ਦੇ ਵਿੱਚ ਇਹਨਾਂ ਨੇ ਲੇਖ ਲਿਖੇ ਹੋਏ ਨੇ ਜਿਦੇ ਨਾਲ ਬਹੁਤ ਖੋਲ ਕੇ ਤੁਹਾਨੂੰ ਇਹ ਦੱਸਦੇ ਆ ਕਿ ਕਿਸੇ ਸਾਹਿਦ ਦਾ ਰੂਪ ਕਦੋਂ ਉਤਪੰਨ ਹੋਇਆ ਜਾਂ ਕਿਹੜੀਆਂ ਸਥਿਤੀਆਂ ਦੇ ਵਿੱਚ ਉਹ ਪੰਜਾਬੀ ਸਾਹਿਦ ਦੇ ਵਿੱਚ ਆਇਆ ਤੇ ਉਹਦੇ ਕੀ-ਕੀ ਪਛਾਣ ਹੁੰਦੀ ਹੈ ਵੀ ਤੁਸੀਂ ਕਿਵੇਂ ਪਛਾਣ ਸਕਦੇ ਹੋ ਕਿ ਫਲਾਨੀ ਲਿਖੀ ਹੋਈ ਲੇਖਤ ਨਾਵਲ ਹੈ ਜਾਂ ਕਹਾਣੀ ਹੈ ਜਾਂ ਵਾਰਤਕ ਹੈ ਤਾਂ ਇਹ ਸਾਹਿਦ ਦੇ ਰੂਪ ਡਾਕਟਰ ਰਤਨ ਸਿੰਘ ਜੱਗੀ ਦੋਸਤੋ ਇਸ ਵੀਡੀਓ ਦਾ ਇਹ ਫਾਇਦਾ ਤੁਹਾਨੂੰ ਹੋਣਾ ਹੀ ਹੈ ਕਿ ਤੁਸੀਂ UGC NET ਦੇ ਲਈ ਕਿਹੜੀਆਂ ਕਿਤਾਬਾਂ ਪੜ੍ਹਣੀਆਂ ਹਨ ਇਸ ਦੇ ਨਾਲ ਨਾਲ ਇਸ ਵੀਡੀਓ ਦਾ ਇੱਕ ਫਾਇਦਾ ਤੁਹਾਨੂੰ ਇਹ ਵੀ ਹੋ ਰਿਹਾ ਹੈ ਕਿਉਂਕਿ UGC NET ਦੇ ਪੇਪਰ ਦੇ ਵਿੱਚ ਸਾਨੂੰ ਇਹ ਪੁੱਛਿਆ ਜਾਂਦਾ ਹੈ ਕਿ ਫਲਾਨੀ ਕਿਤਾਬ ਕਿਹੜੇ ਰਾਈਟਰ ਨੇ ਲਿਖੀ ਹੋਈ ਹੈ ਜਾਂ ਫਲਾਨੇ ਰਾਈਟਰ ਨੇ ਿਹੜ ਲਿਖੀਆਂ ਕਿਤਾਬਾਂ ਚੋਂ ਕਿਹੜੀ ਕਿਤਾਬ ਲਿਖੀ ਹੋਈ ਹੈ ਤਾਂ ਉਹਨਾਂ ਉਹ 20 25 ਸਵਾਲਾਂ ਦੇ ਜਿਹੜੇ ਆਨਸਰ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚੋਂ ਮਿਲ ਰਿਹਾ ਇਸ ਲਈ ਮੈਂ ਤੁਹਾਨੂੰ ਇਹ ਗੁਜਾਰਿਸ਼ ਕਰਾਂਗੀ ਕਿ ਇਸ ਵੀਡੀਓ ਨੂੰ ਬਹੁਤ ਇਤਮਨਾਨ ਦੇ ਨਾਲ ਤੇ ਆਪ ਦੇ ਨਾਲ ਇੱਕ ਕਾਪੀ ਪੈਨ ਰੱਖ ਕੇ ਵੇਖਿਓ ਇਸ ਤੋਂ ਇਲਾਵਾ ਅਸੀਂ ਪੜਾਂਗੇ ਅ ਵਿਆਕਰਨ ਵਾਲਾ ਜਿਹੜਾ ਭਾਗ ਹੁੰਦਾ ਜਾਂ ਭਾਸ਼ਾ ਵਿਗਿਆਨ ਵਾਲਾ ਭਾਗ ਹੁੰਦਾ ਉਹ ਅਸੀਂ ਕਿਸ ਤੋਂ ਆਪਦਾ ਪੂਰਾ ਕਵਰ ਕਰਨਾ ਹੈ ਪੂਰੇ ਪੇਪਰ ਦੇ ਵਿੱਚ ਤੁਹਾਨੂੰ ਸਿੱਧਾ ਵਿਆਕਰਨ ਨਾਲ ਸੰਬੰਧਿਤ ਪ੍ਰਸ਼ਨ ਨਹੀਂ ਪੁੱਛੇ ਜਾਂਦੇ ਜਿਵੇਂ ਇਹ ਨਹੀਂ ਪੁੱਛਿਆ ਜਾਊਗਾ ਤੁਹਾਨੂੰ ਯੂਜੀਸੀ ਨੈਟਾ ਦੇ ਵਿੱਚ ਕਿ ਨਾਮ ਕੀ ਹੁੰਦਾ ਜਾਂ ਪ੍ਰਨਾਮ ਕੀ ਹੁੰਦਾ ਜਾਂ ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਸਾਨੂੰ ਵਿਆਕਰਨ ਦੇ ਵੀ ਵਿਆਕਰਨ ਬਾਰੇ ਗੱਲ ਕਰਨੀ ਪੈਂਦੀ ਆ ਤਾਂ ਮੇਰੀ ਮੁਰਾਦ ਹੈ ਭਾਸ਼ਾ ਵਿਗਿਆਨ ਤੋਂ ਜਿਹੜਾ ਕਿ ਵਿਦਿਆਰਥੀਆਂ ਨੂੰ ਅਕਸਰ ਔਖਾ ਲੱਗਦਾ ਹੈ ਤਾਂ ਮੈਂ ਤੁਹਾਨੂੰ ਇਹ ਗੁਜਾਰਿਸ਼ ਕਰਦੀ ਆ ਕਿ ਤੁਸੀਂ ਸਭ ਤੋਂ ਪਹਿਲਾਂ ਜੇ ਭਾਸ਼ਾ ਵਿਗਿਆਨ ਬਾਰੇ ਸ਼ੁਰੂਆਤ ਕਰਨੀ ਹੈ ਤਾਂ ਤੁਸੀਂ ਬੀਏ ਦੇ ਪਹਿਲੇ ਦੂਜੇ ਤੇ ਤੀਜੇ ਭਾਗ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਜਿਹੜੇ ਤਿੰਨ ਭਾਗ ਲਗਾਏ ਗਏ ਆ ਛੋਟੇ-ਛੋਟੇ ਜਿਹੜੇ 70-80 ਰੁਪਏ ਦੀ ਕਿਤਾਬ ਆ ਜਾਂਦੀ ਹੈ ਤਾਂ ਉਹ ਤੁਸੀਂ ਜ਼ਰੂਰ ਪੜ ਲਿਓ ਇਹ ਕਿਤਾਬ ਪੜਨ ਦੇ ਨਾਲ ਕੀ ਹੋਊਗਾ ਕਿ ਤੁਹਾਡਾ ਜਿਹੜਾ ਬੇਸ ਬਣ ਜਾਊਗਾ ਤਾਂ ਦੂਜੇ ਨੰਬਰ ਤੇ ਤੁਸੀਂ ਜਿਹੜੀ ਪੰਜਾਬੀ ਸਾਇਦ ਸੌਰੀ ਪੰਜਾਬੀ ਵਿਆਕਰਨ ਬਾਰੇ ਜਿਹੜੀ ਕਿਤਾਬ ਪੜਨੀ ਹੈ ਉਹ ਹੈਗੀ ਆ ਪੰਜਾਬੀ ਵਿਆਕਰਨ ਸਿਧਾਂਤ ਤੇ ਵਿਹਾਰ ਸਿਧਾਂਤ ਤੇ ਵਿਹਾਰ ਠੀਕ ਇਹ ਲਿਖੀ ਹੋਈ ਹੈ ਜੀ ਡਾਕਟਰ ਬੂਟਾ ਸਿੰਘ ਬਰਾੜ ਹੋਰਾਂ ਨੇ ਡਾਕਟਰ ਬੂਟਾ ਸਿੰਘ ਬਰਾੜ ਹੋਰਾਂ ਦਾ ਪੰਜਾਬੀ ਭਾਸ਼ਾ ਤੇ ਵਿਆਕਰਨ ਤੇ ਬਹੁਤ ਸੋਹਣਾ ਤੇ ਨੇਟਕੇ ਕੰਮ ਕੀਤਾ ਗਿਆ ਤੇ ਇਹਨਾਂ ਦੀ ਭਾਸ਼ਾ ਵੀ ਇੰਨੀ ਸਰਲ ਹੈ ਕਿ ਕੋਈ ਵੀ ਆਮ ਪੱਦਰ ਦਾ ਵਿਦਿਆਰਥੀ ਜਾਂ ਉੱਚੇ ਪੱਦਰ ਦਾ ਵਿਦਿਆਰਥੀ ਇਸ ਇਹਨਾਂ ਕਿਤਾਬਾਂ ਤੋਂ ਲਾਭ ਲੈ ਸਕਦਾ ਪੰਜਾਬੀ ਵਿਆਕਰਨ ਸਿਧਾਂਤ ਤੇ ਵਿਹਾਰ ਪੜਨ ਤੋਂ ਬਾਅਦ ਤੁਹਾਨੂੰ ਪੰਜਾਬੀ ਭਾਸ਼ਾ ਦੀ ਪੂਰੀ ਬੰਤਰ ਬਾਰੇ ਜਾਣਕਾਰੀ ਹੋ ਜਾਂਦੀ ਹੈ ਤੁਹਾਡੇ ਦਿਮਾਗ ਦੇ ਵਿੱਚ ਮੋਟਾ-ਮੋਟਾ ਨਕਸ਼ਾ ਬਣ ਜਾਂਦਾ ਹੈ ਕਿ ਵਿਆਕਰਨ ਕੀ ਹੈ ਤਾਂ ਜਦੋਂ ਤੁਹਾਡਾ ਡਿਮੈਂਸ਼ਨ ਨਕਸ਼ਾ ਬਣਿਆ ਹੋਊਗਾ ਤਾਂ ਤੁਸੀਂ ਵਿਆਕਰਨ ਦਾ ਵੀ ਵਿਆਕਰਨ ਮੇਰਾ ਮਤਲਬ ਭਾਸ਼ਾ ਵਿਗਿਆਨ ਉਸ ਨੂੰ ਪੜ ਸਕੋਗੇ ਤਾਂ ਭਾਸ਼ਾ ਵਿਗਿਆਨ ਲਈ ਸਾਡੇ ਕੋਲੇ ਜਿਹੜੀ ਪਹਿਲੀ ਹੀ ਕਿਤਾਬ ਹੈ ਮੈਂ ਤੁਹਾਨੂੰ ਰეკਮੈਂਡ ਕਰੂੰਗੀ ਉਹ ਹੈ ਸਿਧਾਂਤਕ ਭਾਸ਼ਾ ਵਿਗਿਆਨ ਸਿਧਾਂਤਕ ਭਾਸ਼ਾ ਵਿਗਿਆਨ ਜਿਹੜੀ ਕਿ ਲਿਖੀ ਗਈ ਹੈ ਡਾਕਟਰ ਪ੍ਰੇਮ ਪ੍ਰਕਾਸ਼ ਹੋਰਾਂ ਦੁਆਰਾ ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਠੀਕ ਹੈ ਤਾਂ ਇਹ ਕਿਤਾਬ ਪੰਜਾਬੀ ਦੇ ਵਿੱਚ ਬਹੁਤ ਪੁਰਾਣੀ ਕਿਤਾਬ ਹੈ ਤੇ ਬਹੁਤ ਵਧੀਆ ਜਿਹੜਾ ਗਿਣਨਯੋਗ ਤੇ ਜ਼ਿਕਰਯੋਗ ਕੰਮ ਹੈ ਜਿਦੇ ਵਿੱਚ ਕਿ ਤੁਹਾਨੂੰ ਡਾਕਟਰ ਸਾਹਿਬ ਪਹਿਲਾਂ ਸਭ ਤੋਂ ਦੱਸਦੇ ਆ ਕਿ ਭਾਸ਼ਾ ਕੀ ਹੁੰਦੀ ਹੈ ਫਿਰ ਦੂਸਰਾ ਚੈਪਟਰ ਇਹਦਾ ਆਉਂਦਾ ਕਿ ਭਾਸ਼ਾ ਵਿਗਿਆਨ ਕੀ ਹੁੰਦਾ ਫਿਰ ਆਉਂਦਾ ਕਿ ਭਾਸ਼ਾ ਵਿਗਿਆਨ ਦੇ ਕਿੰਨੇ ਪ੍ਰਕਾਰ ਹੈ ਇਸ ਤੋਂ ਇਲਾਵਾ ਆਉਂਦਾ ਕਿ ਫਿਰ ਭਾਸ਼ਾ ਵਿਗਿਆਨ ਦੇ ਕਿਹੜੇ-ਕਿਹੜੇ ਅੰਗ ਹੈ ਉਹ ਧੁਨੀ ਨਾਲ ਸੰਬੰਧਿਤ ਹੋ ਸਕਦੇ ਆ ਰੂਪ ਨਾਲ ਸੰਬੰਧਿਤ ਹੋ ਸਕਦੇ ਆ ਉਪਭਾਸ਼ਾ ਨਾਲ ਸੰਬੰਧਿਤ ਹੋ ਸਕਦੇ ਆ ਤਾਂ ਇਸ ਤਰ੍ਹਾਂ ਕਰਕੇ ਇਸ ਕਿਤਾਬ ਨੂੰ ਬਹੁਤ ਸੋਹਣਾ ਡਿਜ਼ਾਈਨ ਕੀਤਾ ਗਿਆ ਹੈ ਅ ਇਸ ਕਿਤਾਬ ਨੂੰ ਤੁਸੀਂ ਬਹੁਤ ਹੌਲੀ-ਹੌਲੀ ਪੜ੍ਹਨਾ ਹੈ ਕਿਉਂਕਿ ਇਹ 4-500 ਪੰਨਿਆਂ ਦੀ ਮਿਲ ਲੱਗਦਾ ਕਿਤਾਬ ਹੈ ਤੇ ਤੁਸੀਂ ਇੱਕ ਦਿਨ ਦੇ ਵਿੱਚ ਜੇ ਤੁਸੀਂ 40 ਕ ਪੇਜ ਵੀ ਪੜੋਗੇ ਤਾਂ ਤੁਸੀਂ 10 ਦਿਨਾਂ ਦੇ ਵਿੱਚ ਇਸ ਕਿਤਾਬ ਨੂੰ ਕੰਪਲੀਟ ਕਰ ਸਕਦੇ ਹੋ ਤੇ ਜਿਹੜਾ ਬੱਚਾ ਜਿਹੜਾ ਵਿਦਿਆਰਥੀ ਇਸ ਨੂੰ ਹੌਲੀ-ਹੌਲੀ ਤੇ ਸਮਝ ਕੇ ਪੜ੍ਹੂਗਾ ਭਾਸ਼ਾ ਵਿਗਿਆਨ ਹੋਰ ਕਿਸੇ ਤੋਂ ਸਮਝਣ ਦੀ ਜ਼ਰੂਰਤ ਨਹੀਂ ਪਊਗੀ ਤਾਂ ਇਸ ਦੇ ਨਾਲ ਹੀ ਅਸੀਂ ਕਰਾਂਗੇ ਪੰਜਾਬੀ ਭਾਸ਼ਾ ਸਰੋਤ ਤੇ ਸਰੂਪ ਅਗਲੀ ਕਿਤਾਬ ਹੈਗੀ ਆ ਪੰਜਾਬੀ ਭਾਸ਼ਾ ਸਰੂਤ ਤੇ ਸਰੂਪ ਸਰੂਤ ਤੇ ਸਰੂਪ ਇਹ ਵੀ ਲਿਖੀ ਗਈ ਹੈ ਡਾਕਟਰ ਬੂਟਾ ਸਿੰਘ ਬਰਾੜਹੋਰਾ ਦੁਆਰਾ ਕੀ ਹੈ ਕਿ ਸਾਨੂੰ ਭਾਸ਼ਾ ਬਾਰੇ ਵੀ ਪ੍ਰਸ਼ਨ ਆਉਣੇ ਆ ਵਿਆਕਰਨ ਬਾਰੇ ਵੀ ਆਉਣੇ ਆ ਤੇ ਇਸ ਦੇ ਨਾਲ-ਨਾਲ ਅਸੀਂ ਜਿਹੜੀ ਭਾਸ਼ਾ ਦੇ ਵਿੱਚ ਪੇਪਰ ਦੇ ਰਹੇ ਹਾਂ ਉਹਦੇ ਬਾਰੇ ਵੀ ਪ੍ਰਸ਼ਨ ਆਉਣੇ ਆ ਕਿ ਉਹ ਭਾਸ਼ਾ ਕਿੱਥੋਂ ਨਿਕਲੀ ਹੈ ਕੀ ਸਾਡੀ ਪੰਜਾਬੀ ਭਾਸ਼ਾ ਆਧੁਨਿਕ ਹੈ ਕੀ ਸਾਡੀ ਪੰਜਾਬੀ ਭਾਸ਼ਾ ਸੁਰਾਤਮਕ ਹੈ ਕੀ ਸਾਡੀ ਪੰਜਾਬੀ ਭਾਸ਼ਾ ਕਿਹੜੇ ਪਾਸ਼ਾ ਭਾਸ਼ਾ ਪਰਿਵਾਰ ਦੇ ਨਾਲ ਮੇਲ ਖਾਂਦੀ ਹੈ ਕਿੱਥੋਂ ਨਿਕਲ ਕੇ ਆਈ ਹੈ ਕਿਹੜੀ ਭਾਸ਼ਾ ਨਾਲੋਂ ਜ਼ਿਆਦਾ ਪੁਰਾਣੀ ਹੈ ਜਾਂ ਕਿਹੜੀ ਭਾਸ਼ਾ ਦਾ ਇਹਨਾਂ ਪ੍ਰਭਾਵ ਗ੍ਰਹਿਣ ਕੀਤਾ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਤੁਹਾਨੂੰ ਇਸ ਕਿਤਾਬ ਚੋਂ ਮਿਲ ਜਾਣਗੇ ਪੰਜਾਬੀ ਭਾਸ਼ਾ ਸਰੋਤ ਤੇ ਸਰੂਪ ਸਰੋਤ ਦਾ ਮਤਲਬ ਇਹ ਹੈ ਕਿ ਇਹ ਕਿੱਥੋਂ ਆਈ ਹੈ ਸਰੂਪ ਦਾ ਮਤਲਬ ਇਹ ਹੈ ਕਿ ਇਹ ਕਿਹੋ ਜਿਹੀ ਹੈ ਕਿਵੇਂ ਪਛਾਣ ਸਕੋਗੇ ਕਿ ਇਹ ਪੰਜਾਬੀ ਹੈ ਇਹਦੇ ਕੀ ਕੀ ਵਿਸ਼ੇਸ਼ਤਾਵਾਂ ਨੇ ਤਾਂ ਇਹਦੇ ਨਾਲ ਤੁਹਾਡਾ ਕਾਫੀ ਜਿਹੜਾ ਪੇਪਰ ਦਾ ਪੇਪਰ ਦੀ ਟੈਨਸ਼ਨ ਜਿਹੜੀ ਘੱਟ ਜਾਂਦੀ ਹੈ ਜਦੋਂ ਤੁਸੀਂ ਮੋٹے ਮੋٹے ਕਨਸੈਪਟ ਸਾਰੇ ਸਮਝ ਲੈਨੇ ਹੋ ਕਿਉਂਕਿ ਬਹੁਤ ਸਾਰੇ ਦੋਸਤਾਂ ਦੇ ਮੈਸੇਜ ਆਉਂਦੇ ਜਿਵੇਂ ਵਾਰ-ਵਾਰ ਜ਼ਿਕਰ ਕਰਦੀਆਂ ਕਿ ਸਾਨੂੰ ਨੋਟਸ ਦਿੱਤੇ ਜਾਣ ਤਾਂ ਇਹ ਸੱਚ ਹੈ ਕਿ ਮੈਂ ਹੱਥੀਂ ਕੋਈ ਵੀ ਨੋਟਸ ਤਿਆਰ ਨਹੀਂ ਕੀਤੇ ਤੇ ਨਾ ਹੀ ਮੈਂ ਕਿਸੇ ਕਿਸੇ ਦੇ ਨੋਟਸਾਂ ਤੋਂ ਪੜ੍ਹੀਆਂ ਤਾਂ ਮੇਰੀ ਜਾਣਕਾਰੀ ਦਾ ਸਰੋਤ ਜਾਂ ਮੇਰੇ ਪੇਪਰ ਪਾਸ ਹੋਣ ਦਾ ਕਾਰਨ ਇਹ ਸਾਰੀਆਂ ਕਿਤਾਬਾਂ ਨੇ ਇਹਨਾਂ ਨੂੰ ਡਿਟੇਲ ਦੇ ਵਿੱਚ ਮੈਂ ਪੜ੍ਹਿਆ ਹੈ ਇਸ ਕਰਕੇ ਮੈਂ ਰੀਸੈਂਟਲੀ ਜੀਆਰਐਫ ਕਲੀਅਰ ਕੀਤੀ ਹੈ ਪੰਜਾਬੀ ਮਾਸਟਰ ਕਿਡਰ ਦਾ ਪੇਪਰ ਕਲੀਅਰ ਕੀਤਾ ਹੈ ਇਸ ਦੇ अलावा ਪ੍ਰੋਫੈਸਰ ਭਰਤੀ ਦੇ ਵਿੱਚ ਵੀ ਮੇਰੇ ਚੰਗੇ ਨੰਬਰ ਸੀ ਜਹਾਲਾਂ ਕਿ ਉਹ ਸਰਕਾਰ ਦੀਆਂ ਕੁਝ ਨਲਾਇਕੀਆਂ ਕਰਕੇ ਉਹ ਭਰਤੀ ਜਿਹੜੀ ਆ ਰੱਦ ਹੋ ਚੁੱਕੀ ਹੈ ਸੋ ਤੁਸੀਂ ਵੀ ਜਿਹੜੇ ਦੋਸਤ ਜੀਆਰਐਫ ਦਾ ਸੁਪਨਾ ਲੈ ਕੇ ਬੈਠੇ ਹੋ ਜਾਂ ਪੰਜਾਬੀ ਦੀ ਉਚੇਰੀ ਵਿੱਦਿਆ ਪ੍ਰਾਪਤ ਕਰਨਾ ਚਾਹੁੰਦੇ ਹੋ ਜਾਂ ਪੰਜਾਬੀ ਦੇ ਚੰਗੇ ਅਧਿਆਪਕ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਕਿਤਾਬਾਂ ਨੂੰ ਜ਼ਰੂਰ ਫੋਲੋ ਕਰੋ ਕਿਉਂਕਿ ਨੈਟ ਨੂੰ ਨੈਟ ਦੇ ਪੇਪਰ ਨੂੰ ਪਾਸ ਕਰਨ ਦਾ ਈਵਨ ਕਿ ਮੈਂ ਕਹੂੰਗੀ ਪੰਜਾਬੀ ਭਾਸ਼ਾ ਦੇ ਕਿਸੇ ਵੀ ਪੇਪਰ ਨੂੰ ਪਾਸ ਕਰਨ ਦਾ ਕੋਈ ਵੀ ਸ਼ਾਰਟਕਟ ਨਹੀਂ ਹੈਗਾ ਜੇਕਰ ਤੁਸੀਂ ਸ਼ਾਰਟਕਟ ਅਪਣਾਉਨੇ ਹੋ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਨਾਲ ਤੇ ਆਪਣੇ ਆਉਣ ਵਾਲੇ ਵਿਦਿਆਰਥੀਆਂ ਦੇ ਨਾਲ ਵੀ ਧੋਖਾ ਕਰ ਰਹੇ ਹੋ ਕਿਉਂਕਿ ਜਿਹੜੇ ਪ੍ਰਸ਼ਨ ਅਸੀਂ ਇਹ ਸਮਝ ਕੇ ਛੱਡ ਦਿੰਨੇ ਆ ਕਿ ਪੇਪਰ 'ਚ ਨਹੀਂ ਆ ਸਕਦੇ ਉਹ ਜ਼ਿੰਦਗੀ 'ਚ ਕਦੇ ਵੀ ਆ ਸਕਦੇ ਆ ਤੁਹਾਡੇ ਵਿਦਿਆਰਥੀਆਂ ਦੁਆਰਾ ਜਾਂ ਤੁਹਾਡੇ ਕਿਸੇ ਸਹਿਕਰਮੀ ਦੁਆਰਾ ਤੁਹਾਡੇ ਤੋਂ ਪੁੱਛੇ ਜਾ ਸਕਦੇ ਆ ਇਸ ਲਈ ਤੁਸੀਂ ਇੱਕ ਆਪ ਦੇ ਵੱਲੋਂ ਸੱਚੀ ਕੋਸ਼ਿਸ਼ ਕਰ ਰਹੇ ਹੋ ਪੰਜਾਬੀ ਭਾਸ਼ਾ ਤੇ ਪੰਜਾਬੀ ਦੇ ਅਧਿਆਪਨ ਬਾਰੇ ਗਿਆਨ ਪ੍ਰਾਪਤ ਕਰਨ ਦੀ ਪਿਛਲੇ ਕੁਝ ਪੇਪਰਾਂ ਨੂੰ ਵਾਚਨ ਤੋਂ ਬਾਅਦ ਅਸੀਂ ਇਹ ਨਤੀਜਾ ਕੱਢਿਆ ਕਿ ਜਿਹੜਾ ਨੈੱਟ ਦਾ ਪੇਪਰ ਹੈ ਉਹ ਨਿਰਈਪੂਰੀ ਸਿਧਾਂਤਕ ਜਾਣਕਾਰੀ ਹੀ ਨਹੀਂ ਪੁੱਛਦੇ ਤੁਹਾਨੂੰ ਡਾਟਾ ਵੀ ਪਤਾ ਹੋਣਾ ਚਾਹੀਦਾ ਜਿਵੇਂ ਮੈਂ ਪਿੱਛੇ ਵੀ ਗੱਲ ਕਰਕੇ ਹਟੀਆਂ ਤਾਂ ਦੋਨਾਂ ਤਰ੍ਹਾਂ ਦਾ ਮਿਲਕੋਬਾ ਹੁੰਦਾ ਹੈ ਕਿ ਤੁਸੀਂ ਸਿਧਾਂਤ ਬਾਰੇ ਵੀ ਪੂਰਾ ਪੜ੍ਹਨਾ ਹੈ ਮੰਨ ਲਓ ਤੁਹਾਨੂੰ ਮਾਰਕਸਵਾਦ ਬਾਰੇ ਪੁੱਛ ਲਿਆ ਜਾਂਦਾ ਹੈ ਤਾਂ ਮਾਰਕਸਵਾਦ ਦੀ ਉਦਾਹਰਣ ਲੈ ਲੈਂਦੇ ਅਸੀਂ ਤਾਂ ਉਹਦੇ ਵਿੱਚ ਤੁਸੀਂ ਇਹ ਵੀ ਪਹਿਲਾਂ ਵੇਖਣਾ ਹੈ ਕਿ ਮਾਰਕਸਵਾਦ ਹੁੰਦਾ ਕੀ ਹੈ ਇਹ ਕਿਹੜੇ ਦੇਸ਼ ਤੋਂ ਰੀਜ਼ਨ ਇਹਦਾ ਹੋਇਆ ਇਸ ਵਿਚਾਰਧਾਰਾ ਦਾ ਤਾਂ ਇਹਦੇ ਮੁੱਖ ਚਿੰਤਕ ਕਿਹੜੇ-ਕਿਹੜੇ ਹੋਏ ਆ ਕਿਹਨੇ-ਕਿਹਨੇ ਇਹਦੇ ਬਾਰੇ ਗੱਲ ਕੀਤੀ ਆ ਇਸ ਤੋਂ ਇਲਾਵਾ ਪੱਛਮੀ ਚਿੰਤਕ ਫਿਰ ਮਾਰਕਸਵਾਦ ਦੇ ਕਿਹੜੇ-ਕਿਹੜੇ ਨੇ ਜਿਹੜੇ ਅੰਗਰੇਜ਼ੀ ਦੇ ਵਿੱਚ ਗੱਲ ਕਰਦੇ ਆ ਮਾਰਕਸਵਾਦ ਦੀ ਤੇ ਇਸ ਤੋਂ ਇਲਾਵਾ ਅਸੀਂ ਦੇਖਣਾ ਫਿਰ ਪੰਜਾਬੀ ਸਾਹਿਤ ਤੇ ਮਾਰਕਸਵਾਦ ਦਾ ਕੀ ਪ੍ਰਭਾਵ ਪਿਆ ਹੈ ਕਦੋਂ ਤੋਂ ਮਾਰਕਸਵਾਦੀ ਲਿਖਤਾਂ ਜਿਹੜੀਆਂ ਪੰਜਾਬੀ ਸਾਹਿਤ ਦੇ ਵਿੱਚ ਪਣਪਣੀਆਂ ਸ਼ੁਰੂ ਹੋਈਆਂ ਕਿਹੜੇ ਲੇਖਕ ਸੀਗੇ ਉਹਨਾਂ ਨੇ ਕਿੱਥੇ ਮੀਟਿੰਗ ਕੀਤੀ ਸੀ ਉਹਨਾਂ ਦੀ ਜਿਹੜੀ ਪੂਰੇ ਆਲ ਇੰਡੀਆ ਦੀ ਕਿੱਥੇ ਮੀਟਿੰਗ ਹੋਈ ਸੀ ਵਿਸ਼ਵ ਦੀ ਕਿੱਥੇ ਪੂਰੀ ਕਾਨਫਰੰਸ ਹੋਈ ਸੀ ਮਾਰਕਸਵਾਦ ਬਾਰੇ ਜਾਂ ਪ੍ਰਗਤੀਵਾਦੀ ਲੇਖ ਲਿਖਣ ਬਾਰੇ ਤਾਂ ਫਿਰ ਮਾਰਕਸਵਾਦ ਦੀਆਂ ਜਿਹੜੀਆਂ ਲਿਖਤਾਂ ਅੱਜ ਤੱਕ ਕਿਹੜੀਆਂ ਲਿਖੀਆਂ ਜਾ ਰਹੀਆਂ ਪੰਜਾਬੀ ਦੇ ਵਿੱਚ ਕਿਹੜੇ ਚਿੰਤਕਾਂ ਨੇ ਮਾਰਕਸਵਾਦ ਤੇ ਗੱਲ ਕੀਤੀ ਹੈ ਕਿਹੜੇ ਆਲੋਚਕ ਮਾਰਕਸਵਾਦ ਨੂੰ ਫੋਲੋ ਕਰਦੇ ਸੀ ਕਿਹੜੇ ਲੇਖਕ ਫੋਲੋ ਕਰਦੇ ਸੀ ਤਾਂ ਇਹਦੇ ਵਿੱਚ ਦੋ ਤਰ੍ਹਾਂ ਦੀ ਗੱਲ ਹੋ ਗਈ ਇੱਕ ਇਹ ਕਿ ਸਿਧਾਂਤਕ ਜਾਣਕਾਰੀ ਕਿ ਮਾਰਕਸਵਾਦ ਕੀ ਹੈ ਦੂਸਰੀ ਡਾਟਾ ਡਾਟਾ ਦੇ ਰੂਪ ਚ ਜਾਣਕਾਰੀ ਕਿ ਕਿਹੜੇ ਕਿਹੜੇ ਲੇਖਕ ਸੀ ਜਾਂ ਕਿਹੜੇ ਕਿਹੜੇ ਆਲੋਚਕ ਸੀ ਜਿਵੇਂ ਉਦਾਹਰਨ ਵਜੋਂ ਸੰਤ ਸਿੰਘ ਸੇਖੋਂ ਜਿਹੜੇ ਆ ਉਹ ਮਾਰਕਸਵਾਦੀ ਆਲੋਚਕ ਸੀ ਉਹ ਹਰੇਕ ਲਿਖਤ ਨੂੰ ਮਾਰਕਸਵਾਦ ਦੇ ਤੱਕੜੀ ਤੇ ਤੋਲ ਕੇ ਦੇਖਦੇ ਸੀ ਕਿ ਉਸ ਅਨੁਸਾਰ ਲਿਖੀ ਗਈ ਹੈ ਜਾਂ ਨਹੀਂ ਲਿਖੀ ਗਈ ਇਸ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਡਬਲ ਤਰ੍ਹਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਇਸ ਲਈ ਅਸੀਂ ਕਿਤਾਬਾਂ ਪੜਨ ਨੂੰ ਇਗਨੋਰ ਨਹੀਂ ਕਰ ਸਕਦੇ ਅ ਤੁਸੀਂ ਜਦੋਂ ਅਸੀਂ ਪ੍ਰਸ਼ਨ ਉੱਤਰ ਵਾਲੀਆਂ ਕਿਤਾਬਾਂ ਪੜਾਂਗੇ ਤਾਂ ਉਹ ਵੱਧ ਤੋਂ ਵੱਧ ਤੁਹਾਨੂੰ ਪ੍ਰਸ਼ਨ ਉੱਤਰ ਵਾਲੀ ਜਿਹੜੀ ਕਿਤਾਬ ਉਹ ਇਹ ਜਾਣਕਾਰੀ ਦੇ ਦੇ ਦੂਗੀ ਕਿ ਇਹ ਲਿਖਿਆਂ ਦੇ ਵਿੱਚੋਂ ਮਾਰਕਸਵਾਦੀ ਚਿੰਤਕ ਪਛਾਣੋ ਤਾਂ ਤੁਸੀਂ ਰੱਟੇ ਲਾ ਲੋਗੇ ਸੰਤ ਸਿੰਘ ਸੇਖੋਂ ਪਰ ਤੁਹਾਡੇ ਦਿਮਾਗ ਦੇ ਵਿੱਚ ਉਹ ਪੂਰਾ ਨਕਸ਼ਾ ਨਹੀਂ ਹੋਊਗਾ ਕਿ ਪੰਜਾਬੀ ਸਾਹਿਤ ਚ ਮਾਰਕਸਵਾਦ ਕਦੋਂ ਆਇਆ ਸੀ ਜਾਂ ਫਿਰ ਅੰਗਰੇਜ਼ੀ ਸਾਹਿਤ ਚ ਕਦੋਂ ਆਇਆ ਸੀ ਜਾਂ ਫਿਰ ਕਿਹੜੇ ਦੇਸ਼ ਤੋਂ ਇਹ ਪਣ ਪਿਆ ਸੀ ਤਾਂ ਹੁਣ ਅਸੀਂ ਅੱਗੇ ਗੱਲ ਕਰਾਂਗੇ ਲੋਕਤਾਰਾ ਤੇ ਸੱਭਿਆਚਾਰ ਦੀ ਜਿਹੜਾ ਕਿ ਸਾਡੇ ਪੇਪਰ ਦਾ ਬਹੁਤ ਇੰਪੋਰਟੈਂਟ ਅੰਗ ਹੈ ਜਿਹਦੇ ਬਾਰੇ ਪ੍ਰਸ਼ਨ ਅਕਸਰ ਪੁੱਛੇ ਜਾਂਦੇ ਆ ਉਹ ਸਾਡੇ ਭਲਾ ਗਹਿਣਿਆਂ ਬਾਰੇ ਹੋਣ ਚਾਹੇ ਸਾਡੀਆਂ ਰੀਤਾਂ ਰਵਾਜਾਂ ਬਾਰੇ ਹੋਣ ਲੋਕ ਖੇਡਾਂ ਬਾਰੇ ਹੋਣ ਫੇਰ ਜਾਂ ਫਿਰ ਉਹ ਸਾਡੇ ਸੱਭਿਆਚਾਰ ਬਾਰੇ ਹੋਣ ਸੱਭਿਆਚਾਰਾਂ ਦਾ ਦੋ ਦੇਸ਼ਾਂ ਦਾ ਕੰਪੈਰੀਜ਼ਨ ਹੋਵੇ ਜਾਂ ਇਹ ਪੁੱਛਿਆ ਗਿਆ ਹੋਵੇ ਸਧਾਂਤਕ ਤੌਰ ਤੇ ਕਿ ਦੋ ਸੱਭਿਆਚਾਰਾਂ ਦੇ ਆਪਸ ਵਿੱਚ ਮਿਲਣ ਨੂੰ ਕੀ ਕਹਿੰਦੇ ਆ ਜਾਂ ਜਦੋਂ ਕੋਈ ਵੱਡੇ ਦੇਸ਼ ਦਾ ਸੱਭਿਆਚਾਰ ਛੋਟੇ ਦੇਸ਼ ਦੇ ਸੱਭਿਆਚਾਰ ਤੇ ਆਉਂਦਾ ਏ ਤਾਂ ਉਹ ਜਦੋਂ ਆਪਦੇ ਆਪ ਦੇ ਵਿੱਚ ਰਲਾ ਲੈਂਦਾ ਉਸ ਹੋਣੀ ਨੂੰ ਕੀ ਕਹਿੰਦੇ ਆ ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਦੀ ਜਾਣਕਾਰੀ ਤੁਸੀਂ ਕਿਤਾਬਾਂ ਤੋਂ ਲੈ ਸਕਦੇ ਹੋ ਤਾਂ ਉਹ ਪਹਿਲੀ ਕਿਤਾਬ ਜਿਹੜੀ ਮੇਰੀ ਪਸੰਦੀਦੀ ਹੈ ਜਾਂ ਜਿਹੜੀ ਕਿ ਮੈਂ ਪਹਿਲਾਂ ਬੀਏ ਦੇ ਦੌਰਾਨ ਪੜ੍ਹੀ ਸੀ ਤੇ ਬੀਏ ਦੇ ਸਿਲੇਬਸ ਦੇ ਵਿੱਚ ਲੱਗੀ ਵੀ ਹੋਈ ਹੈ ਉਹ ਲੋਕਧਾਰਾ ਦੀ ਭੂਮਿਕਾ ਡਾਕਟਰ ਭੁਪਿੰਦਰ ਸਿੰਘ ਖਹਿਰਾ ਹੋਰਾਂ ਦੁਆਰਾ ਇਹ ਸੰਪਾਦਿਤ ਕੀਤੀ ਗਈ ਕਿਤਾਬ ਹੈ ਠੀਕ ਹੈ ਤਾਂ ਇਹਦੇ ਵਿੱਚ ਕੀ ਹੈ ਕਿ ਪੰਜਾਬੀ ਦੇ ਜਿਹੜੇ ਵੀ ਲੋਕਧਾਰਾਈ ਜਾਂ ਸੱਭਿਆਚਾਰਕ ਵਿਸ਼ਲੇਸ਼ਕ ਹੋਏ ਨੇ ਅਧਿਆਪਕ ਸਾਡੇ ਪ੍ਰੋਫੈਸਰ ਸਹਿਬਾਨ ਉਹਨਾਂ ਦੁਆਰਾ ਲਿਖੇ ਗਏ ਲੇਖ ਨੇ ਇਨ੍ਹਾਂ ਦੇ ਨਾਮ ਪੰਜਾਬੀ ਚ ਕਿਨੇ ਚੁਣੇ ਨੇ ਤਾਂ ਇਹ 7-8 ਲੇਖਾਂ ਦਾ ਸੰਗ੍ਰਹਿ ਆ ਤੁਸੀਂ ਇਸ ਨੂੰ ਪੜੋਗੇ ਤਾਂ ਤੁਸੀਂ ਇਹ ਜਾਣ ਪਾਉਂਗੇ ਕਿ ਇਹ ਅਲੱਗ-ਅਲੱਗ ਜਿਹੜੀਆਂ ਦਿਸ਼ਾਵਾਂ ਦੇ ਵਿੱਚ ਗੱਲ ਕਰਦੇ ਆ ਲੇਖ ਕੋਈ ਲੇਖ ਜਿਹੜਾ ਪਿੰਡ ਦੀ ਗੱਲ ਕਰ ਰਿਹਾ ਕੋਈ ਲੇਖ ਸੱਭਿਆਚਾਰ ਜਾਂ ਲੋਕਤਾ ਰਕੀ ਹੁੰਦੀ ਆ ਉਹਦੀ ਗੱਲ ਕਰ ਰਿਹਾ ਕੋਈ ਲੇਖ ਪੰਜਾਬੀਆਂ ਦੇ ਵਿਹਮਾ ਭਰਮਾਂ ਦੀ ਟੂਨੇ ਟੱਪਿਆਂ ਦੀ ਗੱਲ ਕਰ ਰਿਹਾ ਸੋ ਇਹ ਇੱਕ ਅਲੱਗ-ਅਲੱਗ ਤਰ੍ਹਾਂ ਦੀਆਂ ਵਿਚਾਰਧਾਰਾਵਾਂ ਦਾ ਅਲੱਗ-ਅਲੱਗ ਤਰ੍ਹਾਂ ਦੀਆਂ ਦਿਸ਼ਾਵਾਂ ਦਾ ਇੱਕ ਪੂਰਾ ਗੁਲਦਸਤਾ ਬਣੇ ਹੋਈ ਕਿਤਾਬ ਹੈ ਜਿਹੜੀ ਕਿਤਾਬ ਤੁਹਾਨੂੰ ਵੈਸੇ ਵੀ ਪੜਨ ਦੇ ਵਿੱਚ ਬਹੁਤ ਦਿਲਚਸਪ ਲੱਗੂਗੀ ਇਸ ਤੋਂ ਅਗਲੀ ਕਿਤਾਬ ਜਿਹੜੀ ਹੈਗੀ ਆ ਉਹ ਹੈਗੀ ਆ ਪੰਜਾਬੀ ਸੱਭਿਆਚਾਰ ਪੰਜਾਬੀ ਸੱਭਿਆਚਾਰ ਇਸ ਨੂੰ ਮੈਂ ਇਸ ਤਰ੍ਹਾਂ ਪਾ ਰਹੀ ਆ ਪਛਾਣ ਚਿੰਨ ਠੀਕ ਹੈ ਇਹ ਡਾਕਟਰ ਜਸਵਿੰਦਰ ਸਿੰਘ ਹੋਰਾਂ ਦੁਆਰਾ ਲਿਖੀ ਗਈ ਹੈ ਇਹ ਕਿਤਾਬ ਸਤੰਤਕ ਰੂਪ ਦੇ ਵਿੱਚ ਬਹੁਤ ਗਿੰਨਯੋ ਕਿਤਾਬ ਹੈ ਕਿਉਂਕਿ ਇਹਦੇ ਵਿੱਚ ਉਹਨਾਂ ਨੇ ਪੰਜਾਬੀ ਸੱਭਿਆਚਾਰ ਬਾਰੇ ਦੱਸਿਆ ਕਿ ਜਿਹੜਾ ਸੱਭਿਆਚਾਰ ਹੁੰਦਾ ਪਹਿਲਾਂ ਉਹਦੇ ਬਾਰੇ ਦੱਸ ਕੇ ਤਾਂ ਇਸ ਤੋਂ ਬਾਅਦ ਉਹ ਦੱਸਦੇ ਆ ਕਿ ਪੰਜਾਬੀ ਸੱਭਿਆਚਾਰ ਕਿਵੇਂ ਦੂਜਿਆਂ ਨਾਲੋਂ ਅਲੱਗ ਹੈ ਜਾਂ ਕਿਵੇਂ ਇਸ ਨੂੰ ਪਛਾਣ ਸਕਦੇ ਆ ਜਾਂ ਇਹਦੇ ਪਛਾਣ ਚਿੰਨ ਕੀ ਨੇ ਤੇ ਤੀਜੇ ਨੰਬਰ ਤੇ ਸੱਭਿਆਚਾਰ ਨਾਲ ਸੰਬੰਧਿਤ ਕਿਤਾਬ ਜਿਹੜੀ ਡਾਕਟਰ ਗੁਰਬਖਸ਼ ਸਿੰਘ ਫ੍ਰੈਂਕ ਹੋਰਾਂ ਦੀ ਆ ਬਹੁਤ ਇੰਪੋਰਟੈਂਟ ਕਿਤਾਬ ਹੈ ਇਹਦੇ ਵਿੱਚੋਂ ਅਕਸਰ ਹੀ ਪ੍ਰਸ਼ਨ ਬਣ ਜਾਂਦੇ ਆ ਜਿਹੜੇ ਕਿ ਸਾਨੂੰ ਜਾਂ ਵਿਦਿਆਰਥੀ ਸਾਥੀਆਂ ਨੂੰ ਕਈ ਵਾਰੀ ਅੰਦਾਜ਼ਾ ਵੀ ਨਹੀਂ ਹੁੰਦਾ ਕਿ ਇਹ ਪ੍ਰਸ਼ਨ ਕਿੱਥੋਂ ਕ੍ਰੀਏਟ ਹੋ ਕੇ ਆਇਆ ਤਾਂ ਜਿਹੜੇ ਵਿਦਿਆਰਥੀ ਸਾਥੀਆਂ ਨੇ ਇਹ ਕਿਤਾਬ ਪੜ੍ਹੀ ਹੋਊਗੀ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਡਾਕਟਰ ਗੁਰਬਖਸ਼ ਸਿੰਘ ਫ੍ਰੈਂਕ ਹੋਰਾਂ ਦੀ ਕਿਤਾਬ ਦੇ ਵਿੱਚੋਂ ਪ੍ਰਸ਼ਨ ਨਿਕਲ ਕੇ ਆਇਆ ਉਹ ਕਿਤਾਬ ਹੈਗੀ ਹੈ ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ ਇਹਦੇ ਵਿੱਚ ਜਦੋਂ ਆਹ ਵਾਲੇ ਭਾਗ ਦੀ ਗੱਲ ਕਰਦੇ ਆ ਤਾਂ ਤੁਹਾਨੂੰ ਸਿਧਾਂਤਕ ਰੂਪ ਚ ਦੱਸਦੇ ਆ ਕਿ ਸੱਭਿਆਚਾਰ ਕੀ ਹੁੰਦਾ ਇਹ ਲਿਖੀ ਗਈ ਹੈ ਡਾਕਟਰ ਗੁਰਬਖਸ਼ ਸਿੰਘ ਫ੍ਰੈਂਕ ਹੋਰਾਂ ਦੁਆਰਾ ਪੰਜਾਬੀ ਦੇ ਬਹੁਤ ਵਧੀਆ ਅਨੁਵਾਦਕ ਵੀ ਰਹੇ ਨੇ ਜਿਨ੍ਹਾਂ ਨੇ ਬਹੁਤ ਇੰਪੋਰਟੈਂਟ ਕਿਤਾਬਾਂ ਜਿਵੇਂ ਕਿ ਮੇਰਾ ਦਾਗਿਸਤਾਨ ਇਹਨਾਂ ਨੇ ਅਨੁਵਾਦ ਕੀਤੀ ਹੈ ਤੁਸੀਂ ਇਹ ਯਾਦ ਰੱਖ ਸਕਦੇ ਹੋ ਇਹ ਪ੍ਰਸ਼ਨ 2000 21 ਵਾਲੇ ਨੈਟ ਦੇ ਪੇਪਰ ਦੇ ਵਿੱਚ ਆ ਚੁੱਕਿਆ ਹੈ ਕਿ ਮੇਰਾ ਦਾਗਿਸਤਾਨ ਦਾ ਜਿਹੜਾ ਪਹਿਲਾ ਭਾਗ ਹੈ ਉਹ ਕਿਸ ਨੇ ਜਿਹੜਾ ਇਹ ਅਨੁਵਾਦ ਕੀਤਾ ਸੀ ਤਾਂ ਉਹ ਕੀਤਾ ਸੀ ਗੁਰਬਖਸ਼ ਸਿੰਘ ਫ੍ਰੈਂਕ ਹੋਰਾਂ ਨੇ ਤਾਂ ਤੁਸੀਂ ਇੱਕ ਅਨਵਾਦਕ ਦੇ ਤੌਰ ਤੇ ਵੀ ਇਹਨਾਂ ਨੂੰ ਦਿਮਾਗ ਦੇ ਵਿੱਚ ਰੱਖ ਸਕਦੇ ਹੋ ਵੈਸੇ ਵੀ ਸੀ ਜਦੋਂ ਕਿਸੇ ਰਾਈਟਰ ਦੀ ਕਿਤਾਬ ਚੱਕਦੇ ਆ ਤੁਹਾਡੇ ਅੱਚ ਪੀਡੀਐਫ ਨਹੀਂ ਕਿਤਾਬ ਹੋਊਗੀ ਤਾਂ ਤੁਸੀਂ ਉਸ ਦੀਆਂ ਉਹ ਅਗਲੀ ਤੇ ਪਿਛਲੀ ਜਲਤ ਵੀ ਜਰੂਰ ਫਰੋਲੋਗੇ ਜੀ ਦੇ ਤੇ ਰਾਈਟਰ ਦੀਆਂ ਹੋਰ ਲਿਖਤਾ ਬਾਰੇ ਜਾਣਕਾਰੀ ਦਿੱਤੀ ਹੁੰਦੀ ਹੈ ਤੇ ਤੁਸੀਂ ਜਦੋਂ ਉਸ ਨੂੰ ਪੜੋਗੇ ਤਾਂ ਪੇਪਰ 'ਚ ਜੇਕਰ ਉਹਦੀਆਂ ਕਿਤਾਬਾਂ ਬਾਰੇ ਜਾਣਕਾਰੀ ਇਹਦੇ ਨਾਲ ਸੰਬੰਧਿਤ ਕੋਈ ਸਵਾਲ ਆ ਜਾਂਦਾ ਤਾਂ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਹੱਲ ਕਰ ਸਕੋਗੇ ਇਸ ਇਲਾਵਾ ਇੱਕ ਇੰਪੋਰਟੈਂਟ ਕਿਤਾਬ ਹੈ ਡਾਕਟਰ ਭਪਿੰਦਰ ਸਿੰਘ ਖਹਿਰਾ ਹੋਰਾਂ ਦੀ ਉਹ ਹੈ ਲੋਕਤਾਰਾ ਭਾਸ਼ਾ ਤੇ ਸੱਭਿਆਚਾਰ ਇਸ ਕਿਤਾਬ ਦੀ ਖੂਬਸੂਰਤੀ ਇਹ ਹੈ ਕਿ ਇਹ ਤੁਹਾਨੂੰ ਤਿੰਨ ਤਰ੍ਹਾਂ ਦੇ ਅਲੱਗ-ਅਲੱਗ ਭਾਗਾਂ ਬਾਰੇ ਜਿਹੜਾ ਕਵਰ ਕਰਦੀ ਆ ਉਹਦੇ ਵਿੱਚ ਕੀ ਹੈ ਵੀ ਲੋਕਤਾਰਾ ਦਾ ਸਾਡਾ ਅਲੱਗ ਭਾਗ ਹੈ ਪੂਰਾ ਸੱਭਿਆਚਾਰ ਦਾ ਅਲੱਗ ਹੈ ਭਾਸ਼ਾ ਦਾ ਅਲੱਗ ਹੈ ਤਾਂ ਤਿੰਨਾਂ ਨੂੰ ਇਹ ਇਕੱਠਾ ਕਰਕੇ ਤੁਹਾਨੂੰ ਦੱਸਦੀ ਹੈ ਤੇ ਨੈਟ ਦੇ ਪ੍ਰਸ਼ਨ ਵੀ ਇਸ ਤਰ੍ਹਾਂ ਦੇ ਹੀ ਹੁੰਦੇ ਆ ਕਿ ਇੱਕ ਪ੍ਰਸ਼ਨ ਦੇ ਵਿੱਚ ਤਿੰਨ ਚਾਰ ਚੀਜ਼ਾਂ ਜਿਹੜੀਆਂ ਪਟੀਆਂ ਹੁੰਦੀਆਂ ਹੋਈਆਂ ਹੁੰਦੀਆਂ ਉਹ ਇੱਕ ਪ੍ਰਸ਼ਨ ਨੂੰ ਹੱਲ ਕਰਨ ਲਈ ਤੁਹਾਨੂੰ ਇੱਕੋ ਸਮੇਂ ਭਾਸ਼ਾ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਸਾਇਦ ਇਤਿਹਾਸ ਬਾਰੇ ਵੀ ਹੋਣੀ ਚਾਹੀਦੀ ਹੈ ਸੱਭਿਆਚਾਰ ਬਾਰੇ ਵੀ ਹੋਣੀ ਚਾਹੀਦੀ ਹੈ ਇਹ ਸਾਰੀ ਤਰ੍ਹਾਂ ਦੀ ਜਾਣਕਾਰੀ ਦੇ ਨਾਲ ਹੀ ਤੁਸੀਂ ਜਿਹੜਾ ਸਹੀ ਅਨਸਰ ਤੱਕ ਪਹੁੰਚ ਸਕਦੇ ਹੋ ਅਨਸਰ ਤਾਂ ਵਿੱਚ ਹੀ ਪਿਆ ਹੁੰਦਾ ਤੁਹਾਨੂੰ ਪਤਾ ਹੈ ਤੇ ਇਸ ਲਈ ਇਹ ਕਿਤਾਬ ਇਸੇ ਖੂਬਸੂਰਤੀ ਦੇ ਨਾਲ ਤੁਹਾਡੇ ਤੱਕ ਪਹੁੰਚਦੀ ਰਕਤੋਪਿੰਦਰ ਸਿੰਘ ਖਹਿਰਾ ਹੋਰਾਂ ਦੀ ਤੁਸੀਂ ਇਸ ਨੂੰ ਪੜ੍ਹ ਸਕਦੇ ਹੋ ਤਾਂ ਦੋਸਤੋ ਇਹ ਜਿਹੜੀਆਂ ਸਾਰੀਆਂ ਕਿਤਾਬਾਂ ਬਾਰੇ ਮੈਂ ਤੁਹਾਡੇ ਨਾਲ ਜ਼ਿਕਰ ਕੀਤਾ ਹੈ ਤੁਸੀਂ ਇਹਨਾਂ ਸਾਰੀਆਂ ਕਿਤਾਬਾਂ ਨੂੰ ਜੇਕਰ ਬਹੁਤ ਧਿਆਨ ਨਾਲ ਪੜ੍ਹਦੇ ਹੋ ਨਾਲ ਦੀ ਨਾਲ ਤੁਸੀਂ ਆਪ ਦੇ ਅਨੁਸਾਰ ਨੋਟਸ ਲੈ ਲੈਣੇ ਹੋ ਤਾਂ ਕਿ ਜੋ ਤੁਸੀਂ ਦੁਹਰਾਈ ਕਰਨੀ ਹੋਵੇ ਤੁਹਾਨੂੰ ਪਤਾ ਲੱਗੇ ਕਿ ਜਦੋਂ ਮੈਂ ਇਹ ਕਿਤਾਬ 10 ਦਿਨ ਲਾ ਕੇ ਪੜ੍ਹੀ ਸੀ ਤਾਂ ਉਹਦੇ ਬਾਰੇ ਘੱਟੋ ਘੱਟ 10 ਪੇਜਾਂ ਦੇ ਨੋਟਸ ਤੁਹਾਡੇ ਕੋਲੇ ਲਏ ਹੋਣ ਤਾਂ ਤੁਹਾਡੀ ਦੁਹਰਾਈ ਜਿਹੜੀ ਬਹੁਤ ਚੰਗੀ ਤਰ੍ਹਾਂ ਹੋ ਜੂਗੀ ਤੇ ਇਹ ਮੈਂ ਆਪਣੇ ਚੈਨਲ ਤੇ ਗਰੰਟੀ ਤੁਹਾਨੂੰ ਦਿੰਨੀ ਆ ਕਿ ਜਿਹੜੇ ਵਿਦਿਆਰਥੀ ਦੋਸਤ ਇਹਨਾਂ ਕਿਤਾਬਾਂ ਨੂੰ ਚੰਗੀ ਤਰ੍ਹਾਂ ਵਾਸ ਲੈਣਗੇ ਉਹਨਾਂ ਦਾ ਜੀਆਰਐਫ ਕਲੀਅਰ ਹੋ ਜਾਊਗਾ ਇਸ ਦੇ ਨਾਲ ਹੀ ਉਹ ਪੰਜਾਬੀ ਦਾ ਕੋਈ ਵੀ ਪੇਪਰ ਦੇਣਾ ਚਾਹੁੰ ਚਾਹੇ ਉਹ ਮਾਸਟਰ ਕੈਡਰ ਹੋਵੇ ਚਾਹੇ ਕਿਸੇ ਵੀ ਪ੍ਰਕਾਰ ਦੀ ਪੰਜਾਬੀ ਦੀ ਭਰਤੀ ਹੋਵੇ ਉਹ ਬਹੁਤ ਹੀ ਆਸਾਨੀ ਨਾਲ ਪੇਪਰ ਨੂੰ ਕੱਢ ਜਾਣਗੇ ਪਰ ਸ਼ਰਤ ਇਹ ਹੈ ਕਿ ਤੁਸੀਂ ਧਿਆਨ ਨਾਲ ਜਿਹੜੀਆਂ ਇਹ ਕਿਤਾਬਾਂ ਉਹ ਪੜੀਆਂ ਹੋਣ ਤੇ ਤੁਸੀਂ ਜਦੋਂ ਇਹ ਸਾਰੀਆਂ ਕਿਤਾਬਾਂ ਨੂੰ ਪੜ ਲਓਗੇ ਤੇ ਨਾਲ ਦੀ ਨਾਲ ਅਸੀਂ ਤੁਹਾਡੇ ਨਾਲ ਵਾਦਾ ਕਰਦੇ ਹਾਂ ਕਿ ਕੁਝ ਕਨਸੈਪਟ ਕੁਝ ਸੰਕਲਪ ਪੰਜਾਬੀ ਦੇ ਵਿੱਚ ਔਖੇ ਵੀ ਹੁੰਦੇ ਆ ਜਿਹੜੇ ਵਿਦਿਆਰਥੀ ਸਾਥੀਆਂ ਨੂੰ ਪਹਿਲੀ ਵਾਰ ਜਾਂ ਪਹਿਲੀ ਨਜ਼ਰੇ ਸਮਝ ਨਹੀਂ ਆਉਂਦੇ ਤਾਂ ਉਹਦੇ ਲਈ ਅਸੀਂ ਤੁਹਾਡੀ ਮਦਦ ਲਈ ਹਮੇਸ਼ਾ ਹਾਜ਼ਰ ਰਾਵਾਂਗੇ ਤੁਸੀਂ ਸਾਡਾ ਚੈਨਲ ਪੰਜਾਬੀ ਕੋਚਿੰਗ ਹਮੇਸ਼ਾ ਵਾਚਦੇ ਰਹੋ ਤੇ WhatsApp ਤੇ ਵੀ ਅਸੀਂ ਤੁਹਾਡੇ ਨਾਲ ਜੁੜੇ ਰਾਵਾਂਗੇ ਤੁਹਾਡੀਆਂ ਕੋਈ ਕੁਐਰੀਜ਼ ਹੁੰਦੀਆਂ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਇੰਦਾ ਐਂਡ ਜਦੋਂ ਤੁਹਾਡੇ ਕੋਲੇ 10-15 ਦਿਨ ਕਿਤਾਬ ਬਚ ਜਾਂਦੇ ਆ ਪੇਪਰ ਦੇ ਵਿੱਚ ਤੁਸੀਂ ਆਪ ਦੇ ਵੱਲੋਂ ਪੂਰਾ ਜ਼ੋਰ ਲਾ ਕੇ ਤਿਆਰੀ ਕਰ ਲੈਣੇ ਹੋ ਤਾਂ ਮੇਰੇ ਕੋਲ ਦੋ ਕਿਤਾਬਾਂ ਨੇ ਜਿਨ੍ਹਾਂ ਨੂੰ ਤੁਸੀਂ ਐਂਡ ਤੇ ਪੜ੍ਹਨਾ ਹੈ ਕਈ ਵਿਦਿਆਰਥੀ ਸਾਥੀ ਇਹਨਾਂ ਨੂੰ ਪਹਿਲਾਂ ਪੜ੍ਹਨ ਦੀ ਗਲਤੀ ਕਰਦੇ ਆ ਜਿਸ ਦੇ ਨਾਲ ਉਹਨਾਂ ਦੇ ਹੱਥ ਨਿਰਾਸ਼ਾ ਪੈਂਦੀ ਆ ਉਹ ਹੈਗੀ ਆ ਡਾਕਟਰ ਜੀਤ ਸਿੰਘ ਜੋਸ਼ੀ ਹੋਰਾਂ ਦੀ ਕਿਤਾਬ ਹੈ ਪੰਜਾਬੀ ਅਧਿਆਨ ਤੇ ਅਧਿਆਪਨ ਬਦਲਦੇ ਪਰਪੇਖ ਜਿਹੜੀ ਕਿ ਇਹਨਾਂ ਨੇ ਨੈਟ ਦੇ ਦਸਾਂ ਭਾਗਾਂ ਨੂੰ ਲੈ ਕੇ ਬਹੁਤ ਸੰਖੇਪ ਦੇ ਵਿੱਚ ਤਿਆਰ ਕੀਤੀ ਹੋਈ ਕਿਤਾਬ ਹੈ ਤੇ ਇਸ ਦਾ ਥੋੜਾ ਜਿਹਾ ਵੱਡਾ ਰੂਪ ਹੈ ਅਗਲੀ ਕਿਤਾਬ ਪੰਜਾਬੀ ਆਲੋਚਨਾ ਸੰਦਰਭ ਗ੍ਰੰਥ ਜਿਹੜੀ ਕਿ 2.5 ਸਾਲ ਪਹਿਲਾਂ ਹੀ ਮਾਰਕੀਟ ਦੇ ਵਿੱਚ ਸਾਡੇ ਕੋਲ ਪਹੁੰਚੀ ਹੈ ਤੇ ਇਸ ਕਿਤਾਬ ਦੀ ਖੂਬਸੂਰਤੀ ਇਹ ਹੈ ਕਿ ਇਹ ਤੁਹਾਡੇ ਪਿਛਲੇ 15 ਦਿਨਾਂ ਦੇ ਵਿੱਚ ਬਹੁਤ ਕੰਮ ਆਉਣ ਵਾਲੀ ਕਿਉਂਕਿ ਇਹ ਨੋਟਸਾਂ ਦੇ ਰੂਪ ਵਿੱਚ ਤਿਆਰ ਕੀਤੀ ਗਈ ਹੈ ਤੁਸੀਂ ਜਿਹੜੀਆਂ ਪਹਿਲਾਂ ਸਾਰੀਆਂ ਕਿਤਾਬਾਂ ਪੜੋਗੇ ਤੁਸੀਂ ਵੇਖੋਗੇ ਕਿ ਕਿਵੇਂ ਇਹ ਕਿਤਾਬ ਪੜ੍ਹਦੇ ਸਮੇਂ ਤੁਹਾਡੇ ਮਨ ਦੇ ਵਿੱਚ ਉਹ ਕਿਤਾਬਾਂ ਰਿਵਾਈਜ਼ ਹੁੰਦੀਆਂ ਜਾਂਦੀਆਂ ਤੁਸੀਂ ਦੁਹਰਾ ਲੈਨੇ ਹੋ ਤਾਂ ਤੁਸੀਂ ਇਹ ਕਿਤਾਬ ਵੀ ਜ਼ਰੂਰ ਆਪਦੀ ਕਿਤਾਬਾਂ ਦੀ ਕਲੈਕਸ਼ਨ ਦੇ ਵਿੱਚ ਮੰਗਵਾ ਕੇ ਰੱਖਣੀ ਹੈ ਪੰਜਾਬੀ ਹਲੋਚਨਾ ਸੰਦਰਭ ਗ੍ਰੰਥ ਤਾਂ ਵਿਦਿਆਰਥੀ ਦੋਸਤਾਂ ਨੂੰ ਮੈਂ ਸ਼ੁਭ ਇਸ਼ਾਵਾਾਂ ਤੇ ਸ਼ੁਭ ਕਾਮਨਾਵਾਂ ਭੇਜਦੀਆਂ ਕਿ ਜਿਹੜੇ ਵੀ ਵਿਦਿਆਰਥੀ ਦੋਸਤ ਨੈਟ ਜੀਆਰਐਫ ਪਾਸ ਕਰਨਾ ਚਾਹੁੰਦੇ ਆ ਤੇ ਉਹ ਗੰਭੀਰ ਹੋ ਕੇ ਆਪਣੀਆਂ ਕਿਤਾਬਾਂ ਹੁਣੀ ਤੋਂ ਚੱਕ ਲੈਣ ਕਿਉਂਕਿ ਤੁਹਾਡਾ ਪੇਪਰ ਜਿਹੜਾ ਏ ਇੱਕ ਡੇਢ ਕੁ ਮਹੀਨੇ ਬਾਅਦ ਹੋ ਰਿਹਾ ਤੇ ਇਸ ਤੋਂ ਅਗਲਾ ਪੇਪਰ ਤੁਹਾਡਾ 4 ਕੁ ਮਹੀਨੇ ਬਾਅਦ ਹੋ ਰਿਹਾ ਤਾ ਮੈਂ ਨਹੀਂ ਚਾਹੂੰਗੀ ਕਿ ਤੁਸੀਂ ਜਿਹੜਾ ਇੱਕ ਦੋ ਨੰਬਰ ਪਿੱਛੇ ਵੀ ਆਪਣੀ ਜੀਆਰਐਫ ਗਵਾ ਦਿਓ ਕਿਉਂਕਿ ਕਈ ਵਿਦਿਆਰਥੀ ਦੋਸਤ ਹੋਣਗੇ ਜਿਨ੍ਹਾਂ ਦੀ ਉਮਰ 30 ਸਾਲ ਦੇ ਨੇੜੇ ਬਿਲਕੁਲ ਲੱਗਣ ਵਾਲੀ ਹੈ ਤਾਂ ਤੁਹਾਨੂੰ ਜਿਹੜਾ ਕਿਉਂਕਿ ਯੂਜੀਸੀ ਨੈਟ ਦਾ ਜਿਵੇਂ ਪਿਛਲੇ 2-3 ਸਾਲਾਂ ਦਾ ਰਿਕਾਰਡ ਇਹ ਹੈ ਕਿ ਉਹਨਾਂ ਨੇ ਇੱਕ ਸਾਲ ਦੇ ਵਿੱਚ ਇੱਕ ਹੀ ਪੇਪਰ ਲਿਆ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਹਾਲਾਤ ਕਿਹੋ ਜਿਹੇ ਬਣਦੇ ਇਹਦੇ ਬਾਰੇ ਅਸੀਂ ਬਿਲਕੁਲ ਵੀ ਸਰਟਨ ਨਹੀਂ ਹੈਗੇ ਇਸ ਲਈ ਤੁਸੀਂ ਆਪਣੀ ਕੋਸ਼ਿਸ਼ ਕਰਨੀ ਹੈ ਕਿ ਜਿਹੜਾ ਹੁਣ ਪੇਪਰ ਨਿਕਲ ਆਊਗਾ ਤਾਂ ਤੁਸੀਂ ਉਹਦੇ ਵਿੱਚ ਆਪਣੀ ਜੀਆਰਐਫ ਕੱਢ ਕੇ ਆਪਣੇ ਛੋਟੇ ਵਿਦਿਆਰਥੀ ਸਾਥੀਆਂ ਦੇ ਲਈ ਉਹ ਸੀਟ ਨੂੰ ਖਾਲੀ ਕਰੋ ਤਾਂ ਕਿ ਅਗਲੀ ਵਾਰ ਉਹ ਉਹ ਜੀਆਰਐਫ ਕੱਢ ਸਕਣ ਤਾਂ ਤੁਸੀਂ ਇਸੇ ਤਰ੍ਹਾਂ ਵੀਡੀਓਜ਼ ਦੇ ਨਾਲ ਜੁੜੇ ਰਹੋ ਕਿਤਾਬਾਂ ਮੰਗਵਾਉਣ ਲਈ ਤੁਸੀਂ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਿਹੜਾ ਤੁਹਾਨੂੰ ਨੰਬਰ ਦਿੱਤਾ ਗਿਆ ਹੈ ਉਹਦੇ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕਈ ਵਿਦਿਆਰਥੀ ਦੋਸਤਾ ਨੇ ਕਿਤਾਬਾਂ ਖਰੀਦ ਵੀ ਲਈਆਂ ਹੋਣਗੀਆਂ ਜਿਹੜੀਆਂ ਪਿਛਲੇ 10 ਸਾਲਾਂ ਦੇ ਪ੍ਰਸ਼ਨ ਉੱਤਰ ਇਕੱਠੇ ਕਰਕੇ ਉਹਨਾਂ ਦੇ ਵਿੱਚ ਕਲੈਕਟ ਕੀਤੇ ਹੁੰਦੇ ਆ ਤਾਂ ਬਿਨਾਂ ਸ਼ੱਕ ਉਹ ਕਿਤਾਬਾਂ ਤੁਹਾਡੇ ਬਹੁਤ ਕੰਮ ਆਉਣ ਵਾਲੀਆਂ ਪਰ ਉਹ ਕੰਮ ਆਉਣਗੀਆਂ ਜਦੋਂ ਤੁਸੀਂ ਬਿਲਕੁਲ ਤਿਆਰੀ ਕਰ ਲਈ ਤੇ ਜੇ ਤੁਹਾਨੂੰ ਲੱਗਿਆ ਕਿ ਹੁਣ ਮੈਨੂੰ ਦੁਹਰਾਈ ਦੀ ਲੋੜ ਹੈ ਤਾਂ ਤੁਸੀਂ ਆਪਣੇ ਆਪ ਨੂੰ ਪਰਖਣ ਲਈ ਉਹਨਾਂ ਕਿਤਾਬਾਂ ਨੂੰ ਖਰੀਦ ਸਕਦੇ ਹੋ ਉਹ ਤੁਸੀਂ ਕੋਈ ਵੀ ਕਿਤਾਬ ਮਾਰਕੀਟ ਦੇ ਵਿੱਚ ਲੈ ਲਿਓ ਸਾਰੀਆਂ ਇੱਕੋ ਜਿਹੀਆਂ ਹੀ ਹੁੰਦੀਆਂ ਨੇ ਤਾਂ ਬਸ ਜਦੋਂ ਤੁਸੀਂ ਇਹ ਇਹ ਸਾਰੀਆਂ ਕਿਤਾਬਾਂ ਪੜ ਲਓਗੇ ਤਾਂ ਤੁਹਾਨੂੰ ਆਪ ਹੀ ਦਿਸਣ ਲੱਗ ਜੂਗਾ ਕਿਹੜੀ ਕਿਤਾਬ ਦੇ ਵਿੱਚ ਜ਼ਿਆਦਾ ਗਲਤੀਆਂ ਜੇ ਤੁਸੀਂ ਗਲਤੀਆਂ ਕੱਢਣ ਜੋਗੇ ਹੋ ਗਿਆ ਦਾ ਮਤਲਬ ਇਹ ਹੈ ਕਿ ਤੁਹਾਡੀ ਤਿਆਰੀ ਹੋ ਚੁੱਕੀ ਹੈ ਤੁਸੀਂ ਜੁੜੇ ਰਹੋ ਪੰਜਾਬੀ ਕੋਚਿੰਗ ਚੈਨਲ ਦੇ ਨਾਲ ਤੇ ਅਸੀਂ ਇਸੇ ਤਰ੍ਹਾਂ ਹੀ ਪੰਜਾਬੀ ਭਾਸ਼ਾ ਦੇ ਔਖੇ ਤੇ ਸੌਖੇ ਸੰਕਲਪ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਰਵਾਂਗੇ ਧੰਨਵਾਦ